प्रीमियर जॉन हॉर्गन ने स्पैशली इस मुद्दे नूं उभारिया, जिसके उत्ते काफ़ी लंबे समय तो जिहड़ी है डिबेट्स हो रही सीगियां। इस मुद्दे के उत्ते फैसला आने की घड़ी का इंतजार भी किया जा रहा है। यह मुद्दा काफ़ी विरोधी धिरां दे वल्लों भी चुकिया जा रहा है लगातार, और वो मुद्दा है पेड सिक लीव का। जिहड़े कामे ने वो ये जरूर कोशिश करन कि जे कोई इंपलॉई उन्हां दा बीमार है तो उन्हूं जिहड़ी है उहदी सैलरी ना कट्टन, उन्हूं चीज़ नूं समझन, क्योंकि वो जे घर बैठे ने अपने बीमार होने करके तो जाहिर जी गल है कि वो कोविड नूं घटाउण दे विच जिहड़ा है अपनी सहमति जता रहे ने, अपना समर्थन दे रहे ने। भारत दे विच बहुत सारे जिहड़े ने कोविड केसिज आ रहे ने, नवा वेरियंट भी उत्थे है, पर उत्थे कई तरह दीआं कन्फ्यूजनस जिहड़ियां ने उह वी आले दुआले चल रहीआं ने। ਕਿਉਂਕਿ ਜਿਹੜੀਆਂ ਸਮੱਸਿਆਵਾਂ ਦਾ ਭਾਰਤ ਨੂੰ ਸਾਹਮਣਾ ਕਰਨਾ ਪੈ ਰਿਹਾ ਹੈ, ਉਹ ਇੱਕ ਦੂਜੀ ਲੇਅਰ ਦੇ ਵਿੱਚ ਆ ਕੇ ਪਹਿਲੇ ਨਾਲੋਂ ਵੱਧ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਈ ਵੀਡੀਓਜ਼ ਇਸ ਤਰੀਕੇ ਦੀਆਂ ਵਾਇਰਲ ਹੋ ਰਹੀਆਂ ਨੇ ਸੋਸ਼ਲ ਮੀਡੀਆ ਤੇ ਸਪੈਸ਼ਲੀ, ਜਿਨ੍ਹਾਂ ਨੂੰ ਦੇਖ ਕੇ ਅੰਦਾਜ਼ਾ ਨਹੀਂ ਲਗਾਇਆ ਜਾ ਪਾ ਰਿਹਾ ਕਿ ਇਹ ਵੀਡੀਓ ਸਹੀ ਹੈ ਜਾਂ ਗਲਤ ਹੈ। ਬਹੁਤ ਕੁਝ ਚੱਲ ਰਿਹਾ ਹੈ। ਇੱਕ ਥੋੜਾ ਜਿਹਾ ਸਮਾਂ ਇਹ ਸੀਗਾ ਵਿੱਚ ਕਿ ਜਿਹੜਾ ਕਿ ਸੰਭਲਣ ਦਾ ਸਮਾਂ ਸੀ, ਤਿਆਰੀਆਂ ਕਰਕੇ ਕਿਹਨੀਆਂ ਕਰਨ ਦਾ ਸਮਾਂ ਸੀਗਾ, ਉਹ ਤਿਆਰੀਆਂ ਦੀਆਂ ਟੁਕਵੀਆਂ ਤਿਆਰੀਆਂ ਜਿਹੜੀਆਂ ਸੀ ਹੋਣੀਆਂ ਸੀ, ਉਹ ਤਿਆਰੀਆਂ ਨਹੀਂ ਹੋ ਸਕੀਆਂ, ਜਿਸ ਦਾ ਨਤੀਜਾ ਇਹ ਨਿਕਲਿਆ ਕਿ ਅੱਜ ਜਿਹੜੀ ਸਥਿਤੀ ਉਹ ਬੇਹੱਦ ਗੰਭੀਰ ਬਣੀ ਗਈ। ਸ਼ਮਸ਼ਾਨ ਘਾਟਾਂ ਦੇ ਵਿੱਚ ਜਗ੍ਹਾ ਨਹੀਂ ਹੈ ਕਿ ਸ਼ਮਸ਼ਾਨ ਘਾਟਾਂ ਦੇ ਵਿੱਚ ਜਿਹੜੇ ਅੰਤਿਮ ਸੰਸਕਾਰ ਕਰਨ ਵੇਲੇ ਉਹ ਵੱਡੀਆਂ ਮੁਸ਼ਕਲਾਂ ਨੇ, ਜਿਸ ਢੰਗ ਨਾਲ ਮੌਤਾਂ ਹੋ ਰਹੀਆਂ ਨੇ, ਜਿਸ ਢੰਗ ਨਾਲ ਲੋਕ ਜਿਹੜੇ ਨੇ ਉਹ ਖੱਜਲ ਖੁਆਰ ਹੋਏ ਨੇ, ਬਰਬਾਦ ਹੋ ਰਹੇ ਨੇ, ਔਰ ਘਰਾਂ ਦੇ ਜੀ ਜਿਹੜੇ ਨੇ, ਦੇਖੋ ਜਿਹੜਾ ਆਈਸੋਲੇਟ ਹੁੰਦਾ, ਜਿਹੜਾ ਫੈਮਿਲੀ ਤੋਂ ਵੱਖ ਹੁੰਦਾ, ਉਹਨੂੰ ਪੁੱਛੋ ਜਾਂ ਜਿਸ ਤੇ ਬੀਤੀ ਹੈ ਉਹਨਾਂ ਤੋਂ, ਇਹ ਜਿਹੜੀ ਕੋਵਿਸ਼ੀਲਡ ਹੈ ਜਾਂ ਕੋਵੈਕਸੀਨ ਹੈ ਜਿਹੜੀ ਭਾਰਤ ਦੇ ਵਿੱਚ ਜਿਹੜੀ ਤਿਆਰ ਕੀਤੀ ਗਈ, ਉਹਦੇ ਵਿੱਚ ਸਭ ਤੋਂ ਪਹਿਲਾਂ ਇਹ ਤੈਅ ਕੀਤਾ ਗਿਆ ਕਿ ਜਿਹੜੇ ਕੋਰੋਨਾ ਫਰੰਟ ਵਾਰੀਅਰਸ ਨੇ ਉਹਨਾਂ ਨੂੰ ਇਹ ਵੈਕਸੀਨ ਦਿੱਤੀ ਜਾਵੇ। ਸਤਿ ਸ਼੍ਰੀ ਅਕਾਲ ਜੀ ਐਂਡ ਗੁੱਡ ਮਾਰਨਿੰਗ ਟੂ ਆਲ, ਕੀ ਹਾਲ ਚਾਲ ਹੈ ਜੀ ਸਾਰੇ ਦਰਸ਼ਕਾਂ ਦਾ, ਔਰ ਉਮੀਦ ਕਰਦੇ ਹਾਂ ਕਿ ਸਾਰੇ ਦਰਸ਼ਕ ਬਿਲਕੁਲ ਤੁਸੀਂ ਠੀਕ ਹੋਵੋਗੇ। ਇਹ ਵੀ ਅਸੀਂ ਜਾਣਦੇ ਹਾਂ ਕਿ ਕੁਝ ਦਿਨਾਂ ਤੋਂ ਜਿਹੜਾ ਹੈ ਮਾਰਨਿੰਗ ਸ਼ੋਅ ਦੇ ਵਿੱਚ ਮੈਂ ਤੁਹਾਡੇ ਮੁਖਾਤਿਬ ਨਹੀਂ ਹੋ ਪਾ ਰਹੀ ਸੀਗੀ, ਆਪਾਂ ਗੱਲਾਂ ਬਾਤਾਂ ਨਹੀਂ ਕਰ ਪਾ ਰਹੇ ਸੀਗੇ, ਕਿਉਂਕਿ ਕੁਝ ਨਿੱਜੀ ਰੁਝੇਵਿਆਂ ਦੇ ਕਰਕੇ ਮੈਂ ਮਾਰਨਿੰਗ ਸ਼ੋਅ ਕਰ ਨਹੀਂ ਪਾ ਰਹੀ ਸੀਗੀ, ਬਟ ਨਾਓ ਆਈ ਐਮ ਬੈਕ, ਔਰ ਆਪਾਂ ਸਾਰਿਆਂ ਨੇ ਫਿਰ ਤੋਂ ਬਹੁਤ ਸਾਰੀਆਂ ਗੱਲਾਂ ਕਰਨੀਆਂ ਹੈ, ਬਹੁਤ ਸਾਰੇ ਅਪਡੇਟਸ ਉੱਤੇ ਗੱਲ ਕਰਨੀ ਹੈ। ਸੋ ਸਾਰੇ ਮੇਰੇ ਦਰਸ਼ਕ ਜਿਹੜੇ ਨੇ ਉਹ ਜ਼ਰੂਰ ਜੁੜ ਜਾਣਾ, ਫੇਸਬੁੱਕ ਵਾਲੇ ਜਿਹੜੇ ਫਰੈਂਡ ਨੇ ਉਹ ਫੇਸਬੁੱਕ 'ਤੇ ਜ਼ਰੂਰ ਜੁੜਿਓ, ਅਤੇ ਬਾਕੀ ਜਿਹੜੇ ਦਰਸ਼ਕ ਨੇ ਉਹ ਟੀ ਵੀ 'ਤੇ ਜ਼ਰੂਰ ਸਾਡੇ ਨਾਲ ਜੁੜਿਓ, ਅਤੇ ਜਿਹੜੇ ਵੀ ਟੋਪਿਕ ਦੇ ਉੱਤੇ ਆਪਾਂ ਗੱਲ ਕਰਾਂਗੇ ਉਹਦੇ ਉੱਤੇ ਫੋਨ ਤੁਸੀਂ ਯੂਜਲੀ ਹਮੇਸ਼ਾ ਕਰਦੇ ਹੀ ਹੋ, ਅਤੇ ਹੁਣ ਵੀ ਜਿਹੜਾ ਫੋਨ ਕਾਲਸ ਕਰਕੇ ਆਪਣੀ ਰਾਏ, ਆਪਣੀ ਉਸ ਦੇ ਉੱਤੇ ਜੋ ਵੀ ਤੁਹਾਡੀ ਆਪਣੀ ਸਹਿਮਤੀ ਹੈ ਜਾਂ ਜੋ ਤੁਸੀਂ ਉਸ ਮੁੱਦੇ 'ਤੇ ਕਹਿਣਾ ਚਾਹੁੰਦੇ ਹੋ ਉਹ ਜ਼ਰੂਰ ਸ਼ੇਅਰ ਕਰਨਾ। ਸੋ ਇਹ ਵੀ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਆਪਣੇ ਘਰਾਂ ਦੇ ਵਿੱਚ ਬੈਠੇ ਇਸ ਟਾਈਮ ਬਿਲਕੁਲ ਸੇਫ ਹੋਵੋਗੇ, ਸੁਰੱਖਿਅਤ ਹੋਵੋਗੇ, ਔਰ ਬਿਲਕੁਲ ਜਿਹੜਾ ਨਿਯਮ ਹੈ ਉਹਨਾਂ ਦੀ ਪਾਲਣਾ ਵੀ ਜ਼ਰੂਰ ਕਰਦੇ ਹੋਵੋਗੇ, ਕਿਉਂਕਿ ਹਾਲ ਦੀ ਘੜੀ ਸਭ ਤੋਂ ਪਹਿਲਾਂ ਬੀ ਸੀ ਦੀ ਅਪਡੇਟ ਦੇ ਵਿੱਚ ਮੈਂ ਦੱਸ ਦੇਵਾਂ ਕਿ ਬੀ ਸੀ ਦੀ ਅਪਡੇਟ ਦੇ ਵਿੱਚ ਪ੍ਰੀਮੀਅਰ ਜੌਨ ਹੋਰਗਨ ਨੇ ਸਪੈਸ਼ਲੀ ਇਸ ਮੁੱਦੇ ਨੂੰ ਉਭਾਰਿਆ, ਜਿਸ ਦੇ ਉੱਤੇ ਕਾਫ਼ੀ ਲੰਬੇ ਸਮੇਂ ਤੋਂ ਜਿਹੜੀ ਹੈ ਡਿਬੇਟਸ ਹੋ ਰਹੀਆਂ ਸੀਗੀਆਂ, ਇਸ ਮੁੱਦੇ ਦੇ ਉੱਤੇ ਫੈਸਲਾ ਆਉਣ ਦੀ ਘੜੀ ਦਾ ਇੰਤਜ਼ਾਰ ਵੀ ਕੀਤਾ ਜਾ ਰਿਹਾ ਸੀ। ਇਹ ਮੁੱਦਾ ਕਾਫ਼ੀ ਵਿਰੋਧੀ ਧਿਰਾਂ ਦੇ ਵੱਲੋਂ ਵੀ ਚੁੱਕਿਆ ਜਾ ਰਿਹਾ ਲਗਾਤਾਰ, ਔਰ ਉਹ ਮੁੱਦਾ ਹੈ ਪੇਡ ਸਿਕ ਲੀਵ ਦਾ। ਹੁਣ ਜੌਨ ਹੋਰਗਨ ਨੇ ਕਿਹਾ ਵੀ ਉਸ ਮੋਸ਼ਨ 'ਤੇ ਕੰਮ ਕਰ ਰਿਹਾ ਸੀ, ਪਰ ਹਜੇ ਉਹ ਕਾਨੂੰਨ ਕਦੋਂ ਲਿਆਂਦਾ ਜਾਏਗਾ, ਉਹ ਬਿੱਲ ਕਦੋਂ ਆ ਜਾਏਗਾ, ਕਦੋਂ ਉਸ 'ਤੇ ਸਹਿਮਤੀ ਨਾਲ ਜਿਹੜਾ ਉਹਨੂੰ ਪਾਸ ਕਰ ਦਿੱਤਾ ਜਾਏਗਾ, ਉਸਦੀ ਕੋਈ ਤਾਰੀਖ ਨਹੀਂ ਹੈ, ਉਹ ਕੋਈ ਤਾਰੀਖ ਨਹੀਂ ਮਿੱਥੀ ਗਈ ਕਿ ਕਦੋਂ ਤੱਕ ਉਹ ਮੋਸ਼ਨ ਆਏਗਾ। ਸੋ ਟਿਲ ਦੈਨ ਉਦੋਂ ਤੱਕ ਇਹ ਜ਼ਰੂਰ ਕਰਨਾ ਪਏਗਾ, ਉਹਨਾਂ ਨੇ ਇਹ ਜ਼ਰੂਰ ਕਿਹਾ ਵੀ ਜਿਹੜੇ ਕਾਮੇ ਨੇ ਉਹ ਇਹ ਜ਼ਰੂਰ ਕੋਸ਼ਿਸ਼ ਕਰਨ ਕਿ ਜੇ ਕੋਈ ਇੰਪਲੋਈ ਉਹਨਾਂ ਦਾ ਬਿਮਾਰ ਹੈ ਤਾਂ ਉਹਨੂੰ ਜਿਹੜੀ ਹੈ ਉਹਦੀ ਸੈਲਰੀ ਨਾ ਕੱਟਣ, ਉਹਨੂੰ ਚੀਜ਼ ਨੂੰ ਸਮਝਣ, ਕਿਉਂਕਿ ਉਹ ਜੇ ਘਰ ਬੈਠੇ ਨੇ ਆਪਣੇ ਬਿਮਾਰ ਹੋਣ ਕਰਕੇ ਤਾਂ ਜ਼ਾਹਿਰ ਜੀ ਗੱਲ ਹੈ ਕਿ ਉਹ ਕੋਵਿਡ ਨੂੰ ਘਟਾਉਣ ਦੇ ਵਿੱਚ ਜਿਹੜਾ ਹੈ ਆਪਣੀ ਸਹਿਮਤੀ ਜਤਾ ਰਹੇ ਨੇ, ਆਪਣਾ ਸਮਰਥਨ ਦੇ ਰਹੇ ਨੇ, ਇਸ ਲਈ ਉਹ ਘਰ ਬੈਠੇ ਨੇ, ਕਿਉਂਕਿ ਇੱਕ ਦੂਜੇ ਨੂੰ ਮਿਲਣ ਦੇ ਨਾਲ ਜਿਹੜੀ ਹੈ ਉਹ ਲਾਗ ਲੱਗ ਰਹੀ ਹੈ ਸਾਰਿਆਂ ਨੂੰ, ਅਤੇ ਉਸ ਇਨਫੈਕਸ਼ਨ ਦੇ ਨਾਲ ਜਿਹੜੇ ਨੇ ਬਹੁਤ ਹੋਰ ਲੋਕ ਵੀ ਜਿਹੜੇ ਨੇ ਉਹ ਇਨਫੈਕਟ ਹੋ ਜਾਂਦੇ ਨੇ, ਉਹਨਾਂ ਨੂੰ ਵੀ ਕਿਤੇ ਨਾ ਕਿਤੇ ਜਿਹੜਾ ਪੋਜ਼ਿਟਿਵ ਉਹ ਕੇਸ ਇਸੇ ਤਰੀਕੇ ਨਾਲ ਆ ਜਾਂਦੇ ਨੇ, ਫੈਲਾਅ ਹੋ ਰਿਹਾ, ਬਹੁਤ ਜ਼ਿਆਦਾ ਵੱਧ ਰਿਹਾ। ਸੋ ਇਸੇ ਲਈ ਕਾਮੇ ਜ਼ਰਾ ਇਸ ਚੀਜ਼ ਨੂੰ ਜ਼ਰੂਰ ਸਮਝਣ, ਜਿਹੜੇ ਕਿ ਖਾਸ ਕਰਕੇ ਇੰਪਲੋਈ ਨੇ ਉਹ ਨਹੀਂ ਜਾ ਪਾ ਰਹੇ ਜਾਂ ਉਹਨਾਂ ਦੀ ਤਬੀਅਤ ਠੀਕ ਨਹੀਂ ਹੈ, ਤਾਂ ਉਸ ਮੁਸੀਬਤ ਦੀ ਘੜੀ ਦੇ ਵਿੱਚ ਇਹ ਕਹਿ ਸਕਦੇ ਹਾਂ ਵੀ ਉਹਨਾਂ ਦਾ ਸਾਥ ਦਵੋ, ਅਤੇ ਅਜੇ ਪੇਡ ਸਿਕ ਲੀਵ ਦੇ ਜਿਹੜਾ ਕਹਿ ਸਕਦੇ ਆ ਮੋਸ਼ਨ ਨੂੰ ਥੋੜ੍ਹਾ ਵਕਤ ਲੱਗ ਸਕਦਾ। ਸੋ ਜਿਹੜੇ ਲੋਕ ਇੰਤਜ਼ਾਰ ਕਰ ਰਹੇ ਸੀ ਉਸ ਮੋਸ਼ਨ ਦਾ, ਇਹ ਉਹਨਾਂ ਦੇ ਲਈ ਖਾਸ ਅਪਡੇਟ ਹੈ ਕਿ ਥੋੜ੍ਹਾ ਇੰਤਜ਼ਾਰ ਹੋਰ ਕਰਨਾ ਪਏਗਾ, ਕਿਉਂਕਿ ਬੀ ਸੀ ਦੇ ਵਿੱਚ ਪ੍ਰੀਮੀਅਰ ਜੌਨ ਹੋਰਗਨ ਨੇ ਇਹ ਗੱਲ ਕਹੀ ਆ ਵੀ ਹਜੇ ਤਰੀਕ ਕੋਈ ਮਿੱਥੀ ਨਹੀਂ ਹੈ, ਪਰ ਕੰਮ ਉਸ ਦੇ ਉੱਤੇ ਜ਼ਰੂਰ ਚੱਲ ਰਿਹਾ ਹੈ। ਇਸ ਤੋਂ ਇਲਾਵਾ ਕੋਵਿਡ ਦੀ ਅਸੀਂ ਆਲੇ ਦੁਆਲੇ ਦੀ ਗੱਲ ਕਰੀਏ ਤਾਂ ਅਸੀਂ ਜਾਣਦੇ ਹਾਂ ਕਿ ਇਸ ਵੇਲੇ ਸਭ ਤੋਂ ਜ਼ਿਆਦਾ ਜਿਹੜਾ ਹੈ ਕੇਸਿਸ ਜਿੱਥੇ ਹੋ ਰਹੇ ਨੇ, ਔਰ ਸਭ ਤੋਂ ਜ਼ਿਆਦਾ ਜਿੱਥੇ ਇਸ ਵੇਲੇ ਡੇਂਜਰ ਵਾਲੀ ਸਿਚੁਏਸ਼ਨ ਬਣੀ ਹੋਈ ਹੈ, ਉਹ ਹੈ ਭਾਰਤ। ਭਾਰਤ ਦੇ ਵਿੱਚ ਬਹੁਤ ਸਾਰੇ ਜਿਹੜੇ ਨੇ ਕੋਵਿਡ ਕੇਸਿਸ ਆ ਰਹੇ ਨੇ, ਨਵਾਂ ਵੈਰੀਐਂਟ ਵੀ ਉੱਥੇ ਹੈ, ਪਰ ਉੱਥੇ ਕਈ ਤਰ੍ਹਾਂ ਦੀਆਂ ਕਨਫਿਊਜ਼ਨਸ ਜਿਹੜੀਆਂ ਨੇ ਉਹ ਵੀ ਆਲੇ ਦੁਆਲੇ ਚੱਲ ਰਹੀਆਂ ਨੇ। ਅਸੀਂ ਜਦੋਂ ਕੈਨੇਡਾ ਦੇ ਵਿੱਚ ਬੈਠੇ ਹੋਏ ਹਾਂ,
ਤੁਸੀਂ ਸਾਰੇ ਕੈਨੇਡਾ ਦੇ ਵਿੱਚ ਬੈਠੇ ਹੋ ਤਾਂ ਸਾਡੇ ਕੋਲ ਕਦੀ ਤਾਂ ਸੋਸ਼ਲ ਮੀਡੀਆ ਦੇ ਜ਼ਰੀਏ ਕੋਈ ਨਾ ਕੋਈ ਜਾਣਕਾਰੀ ਆ ਜਾਂਦੀ ਹੈ ਜਾਂ ਟੀਵੀ ਚੈਨਲਾਂ ਦੇ ਥਰੂ ਅਸੀਂ ਦੇਖ ਲੈਂਦੇ ਹਾਂ ਅਤੇ ਇੱਥੇ ਇਹ ਰਹਿ ਕੇ ਇੱਕ ਬੜਾ ਪੈਨਿਕ ਜਿਹਾ ਬਣਿਆ ਹੋਇਆ ਸਾਡੇ ਸਾਰਿਆਂ ਦੇ ਵਿੱਚ ਕਿ ਪਤਾ ਨਹੀਂ ਇਹੀ ਕੁਝ ਹੋ ਰਿਹਾ। ਕਈ ਵੀਡੀਓਜ਼ ਇਸ ਤਰੀਕੇ ਦੀਆਂ ਵਾਇਰਲ ਹੋ ਰਹੀਆਂ ਨੇ ਸੋਸ਼ਲ ਮੀਡੀਆ 'ਤੇ ਸਪੈਸ਼ਲੀ, ਜਿਨ੍ਹਾਂ ਨੂੰ ਦੇਖ ਕੇ ਅੰਦਾਜ਼ਾ ਨਹੀਂ ਲਗਾਇਆ ਜਾ ਪਾ ਰਿਹਾ ਕਿ ਇਹ ਵੀਡੀਓ ਸਹੀ ਹੈ ਜਾਂ ਗਲਤ ਹੈ। ਬਹੁਤ ਕੁਝ ਚੱਲ ਰਿਹਾ ਹੈ, ਪਰ ਸਹੀ ਕੀ ਹੈ, ਗਲਤ ਕੀ ਹੈ, ਆਖਿਰਕਾਰ ਭਾਰਤ ਦੀ ਸਿਚੁਏਸ਼ਨ ਕੀ ਹੈ, ਪੰਜਾਬ ਦੀ ਸਿਚੁਏਸ਼ਨ ਕੀ ਹੈ, ਕੀ ਅੰਡਰ ਕੰਟਰੋਲ ਹੈ, ਕਿਵੇਂ ਉੱਥੋਂ ਦੀ ਸਰਕਾਰ ਇਹਨਾਂ ਨਾਲ ਨਜਿੱਠ ਰਹੀ ਹੈ ਬਿਮਾਰੀਆਂ ਨਾਲ, ਔਰ ਸਪੈਸ਼ਲੀ ਜੇ ਕਰੋਨਾ ਵਾਇਰਸ ਹੈ ਤਾਂ ਹੋਰ ਵੀ ਕੋਈ ਵੈਰੀਐਂਟ ਜਿਹੜਾ ਉਹ ਵੀ ਉੱਥੇ ਕਾਫੀ ਕੇਸਿਸ ਆ ਰਹੇ ਨੇ। ਇਹਨਾਂ ਸਭ ਦੀ ਜਾਣਕਾਰੀ ਜਿਹੜੀ ਹੈ ਉਹ ਦੇਣ ਦੇ ਲਈ ਸਾਡੇ ਨਾਲ ਰਾਜੇਸ਼ ਗਿੱਲ ਜੀ ਅੰਮ੍ਰਿਤਸਰ ਤੋਂ ਜੁੜੇ ਹੋਏ ਨੇ। ਰਾਜੇਸ਼ ਜੀ ਬਹੁਤ ਬਹੁਤ ਸਵਾਗਤ ਹੈ ਜੀ ਚੈਨਲ ਪੰਜਾਬੀ ਦੇ ਦ ਮਾਰਨਿੰਗ ਸ਼ੋ ਦੇ ਵਿੱਚ। ਬਹੁਤ ਬਹੁਤ ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਸਾਰਿਆਂ ਜੀ। ਰਾਜੇਸ਼ ਜੀ, ਇਸ ਵੇਲੇ ਜਦੋਂ ਅਸੀਂ ਕੈਨੇਡਾ ਦੇ ਵਿੱਚ ਬੈਠੇ ਹੋਏ ਹਾਂ ਜਾਂ ਮੁਲਕ ਦੇ ਕਿਸੇ ਵੀ ਹਿੱਸੇ ਦੇ ਵਿੱਚ ਅਸੀਂ ਬੈਠੇ ਹੋਏ ਹਾਂ ਤਾਂ ਸਭ ਤੋਂ ਵੱਡੀ ਕਨਫਿਊਜ਼ਨ ਹੈ ਕਿ ਕੁਝ ਖਬਰਾਂ ਸਾਡੇ ਤੱਕ ਜਦੋਂ ਪਹੁੰਚਦੀਆਂ ਨੇ, ਕੁਝ ਵੀਡੀਓਜ਼ ਵੀ ਜਿਵੇਂ ਕਿ ਮੈਂ ਥੋੜ੍ਹੀ ਦੇਰ ਪਹਿਲਾਂ ਵੀ ਗੱਲ ਕੀਤੀ ਹੈ, ਉਹ ਬੜੀਆਂ ਡਰਾਉਣੀਆਂ ਜਿਹੀਆਂ ਲੱਗ ਰਹੀਆਂ ਨੇ, ਉਹ ਇੱਕ ਅਲੱਗ ਤਰ੍ਹਾਂ ਦਾ ਪੈਨਿਕ ਕ੍ਰੀਏਟ ਕਰ ਰਹੀਆਂ ਨੇ। ਸੱਚਾਈ ਹੈ ਕੀ ਹੈ ਭਾਰਤ ਦੇ ਵਿੱਚ ਕਰੋਨਾ ਦੀ, ਕੀ ਸਿਚੁਏਸ਼ਨ ਇਸ ਵੇਲੇ ਚੱਲ ਰਹੀ ਹੈ, ਕੀ ਅਪਡੇਟ ਹੈ ਓਵਰਆਲ? ਜੇ ਓਵਰਆਲ ਭਾਰਤ ਦੀ ਗੱਲ ਕਰੀਏ ਤਾਂ ਸਥਿਤੀ ਬਿਲਕੁਲ ਚੰਗੀ ਨਹੀਂ ਹੈ, ਨਾਜ਼ੁਕ ਹੈ ਸਥਿਤੀ, ਇਸ ਗੱਲ ਤੋਂ ਡਿਨਾਈ ਨਹੀਂ ਕੀਤਾ ਜਾ ਸਕਦਾ, ਕਿਉਂਕਿ ਜਿਹੜੀਆਂ ਸਮੱਸਿਆਵਾਂ ਦਾ ਭਾਰਤ ਨੂੰ ਸਾਹਮਣਾ ਕਰਨਾ ਪੈ ਰਿਹਾ ਹੈ ਉਹ ਇੱਕ ਦੂਜੀ ਲੇਅਰ ਦੇ ਵਿੱਚ ਆ ਕੇ ਪਹਿਲੇ ਨਾਲੋਂ ਵੱਧ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਹ ਬੜੀ ਇੱਕ ਸਮਝਣ ਵਾਲੀ ਗੱਲ ਹੈ ਕਿ ਪਹਿਲੋਂ ਇੱਕ ਜਿਹੜੀ ਪਹਿਲੀ ਲੇਅਰ ਜਿਹਨੂੰ ਕਿਹਾ ਜਾ ਰਿਹਾ ਹੈ, ਉਹ ਪਹਿਲੀ ਲੇਅਰ ਦੇ ਵਿੱਚ ਕੀ ਕੁਝ ਨਹੀਂ ਦੇਖਿਆ ਭਾਰਤ ਵਾਸੀਆਂ ਨੇ, ਬਲਕਿ ਪੂਰੀ ਦੁਨੀਆ ਨੇ ਉਹ ਕੁਝ ਦੇਖ ਲਿਆ ਜਿਹੜਾ ਕਦੀ ਸੋਚਿਆ ਨਹੀਂ ਸੀ, ਸਮਝਿਆ ਨਹੀਂ ਸੀ, ਜਿਸ ਦੇ ਬਾਰੇ ਕਦੀ ਕੋਈ ਤਵੱਕੋ ਨਹੀਂ ਕੀਤੀ ਗਈ ਸੀ, ਕੋਈ ਕਲਪਨਾ ਨਹੀਂ ਕੀਤੀ ਗਈ ਸੀ, ਉਹ ਕੁਝ ਹੋ ਗਿਆ। ਪਰ ਇੱਕ ਥੋੜਾ ਜਿਹਾ ਸਮਾਂ ਇਹ ਸੀਗਾ ਵਿੱਚ ਕਿ ਜਿਹੜਾ ਕਿ ਸੰਭਲਣ ਦਾ ਸਮਾਂ ਸੀ, ਤਿਆਰੀਆਂ ਕਈ ਤਰੀਕੇ ਦੀਆਂ ਕਰਨ ਦਾ ਸਮਾਂ ਸੀਗਾ, ਉਹ ਤਿਆਰੀਆਂ ਦੀਆਂ ਢੁੱਕਵੀਆਂ ਤਿਆਰੀਆਂ ਜਿਹੜੀਆਂ ਸੀ ਹੋਈਆਂ ਸੀ ਉਹ ਤਿਆਰੀਆਂ ਨਹੀਂ ਹੋ ਸਕੀਆਂ, ਜਿਸ ਦਾ ਨਤੀਜਾ ਇਹ ਨਿਕਲਿਆ ਕਿ ਅੱਜ ਜਿਹੜੀ ਸਥਿਤੀ ਉਹ ਬੇਹੱਦ ਗੰਭੀਰ ਬਣੀ ਹੋਈ ਹੈ। ਇਸ ਦੇ ਵਿੱਚ ਲੋਕਾਂ ਦਾ ਵੀ ਦੋਸ਼ ਹੈ, ਇਸ ਦੇ ਵਿੱਚ ਸਰਕਾਰਾਂ ਦਾ ਵੀ ਦੋਸ਼ ਹੈ, ਜਿਸ ਕਰਕੇ ਜਿਹੜੀ ਸਥਿਤੀ ਹੈ, ਔਰ ਕਿਉਂਕਿ ਭਾਰਤ ਜਿਹੜਾ ਦੇਸ਼ ਹੈ, ਦੇਖੋ ਇੱਥੇ ਧਰਮ ਪ੍ਰਧਾਨ ਰਿਹਾ ਹੈ ਹਮੇਸ਼ਾ, ਔਰ ਉਹ ਧਰਮ ਜਿਹੜਾ ਹੈ ਉਹ ਹੁਣ ਉਹੀ ਲੋਕਾਂ ਨੂੰ ਜੇ ਖਾਣ ਲੱਗ ਪਏ, ਹਾਲਾਂਕਿ ਬਚਾਉਣਾ ਵੀ ਧਰਮ ਨਹੀਂ, ਆਖਿਰਕਾਰ ਜੇ ਆਪਾਂ ਸੱਚੇ ਮਨ ਨਾਲ ਆਪਣੀ ਪ੍ਰੇ ਕਰਦੇ ਹਾਂ ਹਰ ਕੋਈ ਤਾਂ ਉਹ ਸੁਣੀ ਵੀ ਜਾਂਦੀ ਹੈ, ਪਰ ਕਈ ਚੀਜ਼ਾਂ ਅਜਿਹੀਆਂ ਹੋਈਆਂ, ਕਈ ਘਟਨਾਕ੍ਰਮ ਅਜਿਹੇ ਵਾਪਰੇ ਜਿਸ ਦੇ ਨਾਲ ਜਿਹੜੀ ਸਥਿਤੀ ਖਰਾਬ ਹੋਈ। ਹੁਣ ਜੇ ਕੁੱਲ ਮਿਲਾ ਕੇ ਦੀ ਗੱਲ ਕਰੀਏ ਤਾਂ ਜੇ ਮਹਾਰਾਸ਼ਟਰ ਜਿਹੜੇ 12th ਜਿਹੜੇ ਆਪਣੇ ਸਟੇਟਸ ਦੇ ਉਹਨਾਂ ਦੇ ਵਿੱਚ ਜਿਨ੍ਹਾਂ ਨੇ ਕਿ ਪਹਿਲੋਂ ਵੀ ਬੜੇ ਮਾੜੇ ਨਤੀਜੇ ਦੇਖੇ ਸੀ, ਉਹ ਪਹਿਲੇ ਨੰਬਰ ਤੇ ਇਸ ਵੇਲੇ ਜਿਹੜੀ ਸਥਿਤੀ ਹੈ ਬਿਲਕੁਲ ਬੇਕਾਬੂ ਜੀ ਨਜ਼ਰ ਆਉਂਦੀ ਹੈ। ਉਸ ਤੋਂ ਬਾਅਦ ਜੇ ਕੇਰਲਾ ਦੀ ਗੱਲ ਲੈ ਲਓ, ਸਭ ਤੋਂ ਵੱਧ ਪੜ੍ਹੀ ਲਿਖੀ ਸਟੇਟ ਜਿਹੜੀ ਆ ਉਸ ਥਾਂ ਤੇ ਅਜਿਹੀ ਬਰਬਾਦੀ ਹੋਣੀ, ਤਾਮਿਲਨਾਡੂ ਦੀ ਗੱਲ ਕਰ ਲਓ, ਇਹ ਸਾਊਥ ਦੇ ਜਿਹੜੀਆਂ ਸਟੇਟਸ ਨੇ ਪੜ੍ਹੇ ਲਿਖੇ ਸਭ ਤੋਂ ਵੱਧ ਜਿੱਥੇ ਦੇਖੇ ਜਾਂਦੇ ਨੇ, ਉੱਥੇ ਇੰਨੀ ਨਾਜ਼ੁਕ ਸਥਿਤੀ ਹੋਣਾ ਉਹ ਬੜੀ ਹੈਰਾਨ ਕਰ ਦੇਣ ਵਾਲੀ ਗੱਲ ਹੈ। ਹੁਣ ਜਦੋਂ ਉਸ ਤੋਂ ਬਾਅਦ ਕਈ ਕੰਡੀਸ਼ਨ ਜਿਹੜੀਆਂ ਚੱਲਦੀਆਂ ਰਹੀਆਂ, ਔਰ ਉਸੇ ਦੌਰਾਨ ਦੇਖੋ ਬੰਦਾ ਜਦੋਂ ਕਿਸੇ ਤਕਲੀਫ ਨਾਲ ਉਸਦਾ ਵਾਸਤਾ ਪੈਂਦਾ ਹੈ ਤਾਂ ਉਹ ਬਚਾਅ ਵੱਲ ਭੱਜਦਾ ਹੈ ਕਿ ਇਹਦਾ ਬਚਾਅ ਕਿਵੇਂ ਕੀਤਾ ਜਾਏ, ਕਿਸ ਤੋਂ ਬਚਿਆ ਜਾਏ। ਬਚਾਅ ਤਾਂ ਸਭ ਤੋਂ ਜ਼ਰੂਰੀ ਤੇ ਸਭ ਤੋਂ ਪਹਿਲਾਂ ਜਿਹੜਾ ਉਹ ਇਹੀ ਇਸ ਬਿਮਾਰੀ ਦਾ ਕਿ ਇਸ ਲਈ ਵੱਧ ਤੋਂ ਵੱਧ ਪ੍ਰੀਕੋਸ਼ਨਸ ਲਏ ਜਾਣ, ਗਾਈਡਲਾਈਨਸ ਜਿਹੜੀਆਂ ਨੇ ਉਹ ਫਾਲੋ ਕੀਤੀਆਂ ਜਾਣ। ਪਰ ਇਸ ਦੌਰਾਨ ਇੱਕ ਵੈਕਸੀਨੇਸ਼ਨ ਦੀ ਚਰਚਾ ਬੜੀ ਰਹੀ, ਰੈਮਡੇ ਸਾਈਬਰ ਜਿਹਨੂੰ ਕਹਿੰਦੇ ਆ, ਜਿਹੜੀ ਕਿ ਕਿਹਾ ਜਾਂਦਾ ਹੈ ਕਿ ਕੋਰੋਨਾ ਦੇ ਜਿਹੜੇ ਸਿਮਟਮਸ ਹੁੰਦੇ ਨੇ ਜਦੋਂ ਕੋਰੋਨਾ ਦਾ ਮਰੀਜ਼ ਬਣ ਜਾਂਦਾ ਹੈ ਤੇ ਉਸਨੂੰ ਛੇਤੀ ਰਿਕਵਰ ਕਰਨ ਦੇ ਵਿੱਚ ਇਹ ਮਦਦ ਕਰਦਾ ਹੈ। ਹਾਲਾਂਕਿ ਇਹ ਬਿਲਕੁਲ ਨਹੀਂ ਹੈ ਕਿ ਬਿਲਕੁਲ ਜਿਹੜੀ ਆ ਤੁਹਾਡੀ ਜਾਨ ਬਚਾਉਣ ਵਾਲੀ ਵੈਕਸੀਨੇਸ਼ਨ ਹੈ, ਇਹ ਕੋਈ ਦਾਅਵਾ ਨਹੀਂ ਕਰਦਾ, ਪਰ ਉਸ ਦੇ ਬਾਵਜੂਦ ਇਸ ਦੇ ਪਿੱਛੇ ਜਿਹੜੀ ਭੱਜ ਦੌੜ ਉਹ ਇੰਨੀ ਜ਼ਿਆਦਾ ਹੈ ਕਿ ਲੋਕ ਦੋ ਦੋ ਤਿੰਨ ਤਿੰਨ ਰਾਤਾਂ ਜਿਹੜੀਆਂ ਲੋਕ ਲਾਈਨਾਂ ਦੇ ਵਿੱਚ ਲੱਗ ਕੇ ਅੱਜ ਵੀ ਉਹ ਵੈਕਸੀਨੇਸ਼ਨ ਵਾਇਰਸ ਖਰੀਦਣ ਨੂੰ ਜਿਹੜੇ ਲੱਗੇ ਰਹਿੰਦੇ ਨੇ। ਤੇ ਉਸ ਤੋਂ ਇਲਾਵਾ ਬਲੈਕ ਮਾਰਕੀਟਿੰਗ ਜਿਹੜੀ ਲਗਾਤਾਰ ਹੋ ਰਹੀ ਹੈ, ਇਹ ਸਥਿਤੀ ਜਿਹੜੀ ਬਣੀ ਹੋਈ ਹੈ। ਸੋ ਤਮਾਮ ਦੁਨੀਆ ਦੀ ਖਬਰ ਆ ਰਹੀਆਂ, ਦੇਖੋ ਮੈਂ ਉਹ ਖਬਰਾਂ ਦੁਹਰਾਵਾਂਗਾ ਤਾਂ ਉਹ ਲੋਕਾਂ ਦੇ ਫਿਰ ਇੱਕ ਵਾਰੀ ਲੂ ਕੰਡੇ ਖੜੇ ਹੋਣਗੇ ਕਿ ਜਿਹੜੀਆਂ ਚੀਜ਼ਾਂ ਆ ਰਹੀਆਂ ਨੇ ਉਹ ਬਿਲਕੁਲ ਸੱਚ ਨੇ, ਕਿ ਸ਼ਮਸ਼ਾਨ ਘਾਟਾਂ ਦੇ ਵਿੱਚ ਜਗ੍ਹਾ ਨਹੀਂ ਹੈ, ਕਿ ਸ਼ਮਸ਼ਾਨ ਘਾਟਾਂ ਦੇ ਵਿੱਚ ਜਿਹੜੇ ਅੰਤਿਮ ਸੰਸਕਾਰ ਕਰਨ ਵੇਲੇ ਉਹ ਵੱਡੀਆਂ ਮੁਸ਼ਕਲਾਂ ਨੇ। ਇਸ ਤੋਂ ਇਲਾਵਾ ਹਸਪਤਾਲਾਂ ਦੇ ਬਾਹਰ ਲੰਬੀਆਂ ਕਤਾਰਾਂ, ਬੈਡਸ ਨਹੀਂ ਨੇ, ਔਰ ਸਭ ਤੋਂ ਵੱਡੀ ਸਮੱਸਿਆ ਜਿਹੜੀ ਆ ਰਹੀ ਹੈ ਉਹ ਆਕਸੀਜਨ ਦੀ ਸਮੱਸਿਆ ਆ ਰਹੀ ਹੈ। ਹਾਲਾਂਕਿ ਵਿੱਚ ਸਮਾਂ ਸੀਗਾ, ਹੁਣ ਪ੍ਰਧਾਨ ਮੰਤਰੀ ਵੱਲੋਂ ਜਿਹੜਾ ਐਲਾਨ ਕੀਤਾ ਗਿਆ ਹੈ ਕਿ ਉਹਨਾਂ ਦੇ ਫੰਡ ਦੇ ਵਿੱਚੋਂ ਜਿਹੜੇ ਆਕਸੀਜਨ ਪਲਾਂਟਸ ਜਿਹੜੇ ਲਾਏ ਜਾਣਗੇ, ਪਰ ਇਹ ਵਿੱਚ ਸਮਾਂ ਸੀਗਾ ਇੱਕ ਜਦੋਂ ਕਿ ਪਲਾਂਟਸ ਜਿਹੜੇ ਪਲਾਂਟਸ ਲੱਗਣ ਨੂੰ ਕੀ ਹੈ, ਪਲਾਂਟਸ ਜਿਹੜੇ ਪੂਰੀ ਤਿਆਰੀ ਨਾਲ ਜੇ ਸਾਰੇ ਸਟੇਟਸ ਔਰ ਸੈਂਟਰ ਮਿਲ ਕੇ ਕੰਮ ਕਰਨ, ਇੱਕ ਸੁਰਤਾ ਨਾਲ ਕੰਮ ਕਰਨ, ਤਾਂ ਪਲਾਂਟ ਇੱਕ ਮਹੀਨੇ ਦੇ ਵਿੱਚ
बड़े आराम नाल खड़ा हो सकता है। प्लांट ऑर्डर दे विच प्रोडक्शन जिहड़ी है वो जिन्नी मर्जी प्रोडक्शन की ले लो वो किया जा सकता है। और हुण भी चलो खैर इसके बारे भी गल करांगे, ऑक्सीजन बारे जिहड़ी तफसील दे विच गल करांगे, पर हुण मौजूदा स्थिति की जिहड़ी असीं गल कर रहे हो, मौजूदा स्थिति जिहड़ी बेहद नाजुक है, हुण असीं इह प्रे करांगे कि जिहड़ी दूजी वेव है जिहड़ी चल रही है वो ऐसे में बहुत मंदे हालातों के विच है कि जल्दी इहदा स्लोप डाउन होवे। तां हुण बाहर तां इत्थों तक भी कह रहे हैं इस तों बाद तीजी वेव भी एक आउण वाली है, और कितने यह ना हो तीजी वेव जी इस भी भयानक हो, भारत जरा है वो आर्थिक तौर पर या समाजिक कदर कीमत के तौर पर ही वो इस वास्ते तैयार है वो तीजी वेव का सामना कर सके जो हालात बने ने, क्योंकि अगों जो इलेक्शन का भी समा शुरू हो जाना वो हूँ मसीह से रोकया गया है, पर इलेक्शन का हजे भी बदल कुछ जारी ने, उसके बावजूद जो स्थितियां ने वो स्थितियां हजे चल दिया रहनिया ने, नाल दी नाल उस स्थितियां तो असीं मुनकर नहीं हो सकते। इस करके मुश्किल वाली घड़ी है, तो आने वाले समय च जे तीजी वेव अजिहा जोर फड़दी है तो इस तो भी वड्डी मुश्किल की घड़ी हो सकती है जी। मेरा मकसद डरावना नहीं है, मेरा मकसद यही है कि जिहड़े प्रिकॉशंस आपां कहिंदे आ प्रिकॉशंस जरूर लैने चाहिए ने, सिर्फ यही मन के एक धारणा जिहड़ी मन दे विच कि कोरोना कोरोना कुछ नहीं हैगा इहनूं धारणा नूं थोड़ा जिहा किनारे कर देना चाहिए। जिस ढंग नाल मौतां हो रहियां ने, जिस ढंग नाल लोग जिहड़े ने वो खज्जल खुआर हो रहे ने, बर्बाद हो रहे ने, और घर के जी जिहड़े ने देखो जिहड़ा आइसोलेट हुंदा जिहड़ा फैमिली तो वक्त हुंदा उन्हूं पुछो जां जिहदे बीती है उन्हां तों पुछो अज घर घर दे विच कोरोना दे मरीज पाए जा रहे ने, और वो जिहड़े सिम्पटम दसदे ने सिम्पटम उहो ही ने जिहड़े कोरोना दे दसे जांदे ने, पर उस तों बाद जिहड़ा आइसोलेट होणा, ऑक्सीजन की कमी होनी, परिवार का भज दौड़ करना कि ऑक्सीजन मिल जाए, कितने जान बचा लीए, पिछू उन्हां लोकां नूं अमृतसर के जिहड़े 6 लोग ऑक्सीजन की कमी नाल ऑक्सीजन नहीं पहुंची एक प्राइवेट अस्पताल दे विच, ते 6 लोगों ने जिस तरह तड़प तड़प के दम तोड़िया। और बहुत बहुत जगह तो इस तरीके की खबर आई है राजेश जी, बहुत मतलब कीड़ा पड़ गया कई हिस्सों तो जी, जिस नाल उठ्या खेड्या मल्लिया जिसने नाल वो रह रहा है वो परिवार दा इस तरह तड़प तड़प के मरे, एक ऑक्सीजन की है ऑक्सीजन की कमी नहीं, पर उस दी जिहड़ी एसएलए कमी जिहड़ी बनी हुई है वो कंटेनर्स करके या सिलेंडर्स करके जिस करके चलदी है, ते वो जिहड़ी चीज है वो उसनूं उस तों बचाव वास्ते सब तों पहलों अपना बचा जिहड़ियां अपनी प्रिकॉशंस वो बहुत जरूरी है, ते उस तों भी वध जरूरी है। देखो ये मैं बारी गल्लां इस करके इको वारी कर रहा हां कि ये गल्लां जिहड़ियां बहुत जरूरी ने, उस तों भी वध जरूरी है कि जे असीं वैक्सीनेशन दी परवाह कीती हुंदी, जे असीं इस नूं होर धारणावां दे विच ना लिया हुंदा तां अज इह स्थिति नहीं होनी सी। राजेश जी वैक्सीन की कोई कमी देखी जा रही है, क्योंकि वैक्सीन भारत तो वैक्सीन बाहरले मुल्कों को भेजी जा रही थी ताकि अपने वास्ते उन्होंने को वैक्सीन पूरी हैगी है। वैक्सीनेशन जो है देखो पहले वैक्सीनेशन जी वो अवेलेबिलिटी जी सब तो वह भारत के और जिदा कोविशील्ड एक वैक्सीन है, कोविशील्ड वैक्सीन तैयार की गई, और कोविशील्ड वैक्सीन जी सिर्फ भारत वालों ही तैयार नहीं की गई बल्कि होर देश जो उन्होंने एक कह सकते हैं कि इन्हों का साझा एक योगदान दूजे देशों का भी कुछ था कि एक वैक्सीन तैयार किया जाए, तो वो एक तरह का इन्हों का करार कि दूजे देशों भी यह वैक्सीन जी भेजी जाए, जिस तहत भारत वालों वैक्सीन दूसरे देशों भी भेजी गई। हालांकि इसके बड़े सवाल खड़े होंगे ने, पर यह एक जी एक क्लॉज सी कि दूसरे देशों भी वैक्सीन जी भेजनी उस तहत वैक्सीन भेजी गई। पर दूसरी गल यह है कि यह जी कोविशील्ड है या कोवैक्सीन है जी भारत के जी तैयार की गई, वो सब तो पहला यह तय किया गया कि जो कोरोना फ्रंट वॉरियर्स ने उन्होंने यह वैक्सीन दी जाए, उदो असं देखते रहे हैं खुद देखते रहे हैं कि सरकार चीख चीख के गल कहती रही, चलो वो बाद जी प्रॉब्लम आ गई खड़ी हो गई, सरकार एक चीख चीख के गल कहती रही कि वैक्सीन लवाओ यह वैक्सीन बहुत जरूरी है, जे तुसीं दोनों वैक्सीन लै लेंदे हो तो उस दे नाल यह हो सकता है कि तुहानूं करोना तां हो सकता है, उस तों इनकार नहीं किया जा सकता भावें तुसीं दोवें डोजेज लै लो, पर एटलीस्ट तुसीं वेंटीलेटर ते नहीं जाओगे, एटलीस्ट तुहाडी ऑक्सीजन वाली स्थिति नहीं आएगी, ये जिहड़े दावे सरकार वालों किए जाते रहे हैं, तो उस करके जिहड़ी स्थिति ज्यादा खराब होगी, विश्वास नहीं किया गया, उसनूं झेलते रहे असीं बार बार झेलते रहे, और दूसरों भी इस खास तौर पर पंजाब के बहुत गल हुई कि कोई करोना नहीं है कुछ नहीं है, तो इसे करके जो लोग ने होरना सूबे भी वह सफर कर रहे हैं, और अच्छ प्रैक्टिकली देख चुके हैं मेरे कुछ दोस्त भी ने या जे
ਮੈਂ ਜਿਹਨਾਂ ਨੂੰ ਪਰਸਨਲੀ ਜਾਣਦਾ ਉਹਨਾਂ ਨੇ ਦੋਵੇਂ ਡੋਜ਼ ਜਿਹਨਾਂ ਨੇ ਲੈ ਚੁੱਕੇ ਨੇ ਉਹਨਾਂ ਨੂੰ ਵੀ ਕਰੋਨਾ ਹੋਇਆ ਪਰ ਉਹ ਅਸਿਮਟੋਮੈਟਿਕ ਟਾਈਪ ਰਿਹਾ ਕਿ ਉਹਨਾਂ ਨੂੰ ਕਿਸੇ ਤਰੀਕੇ ਦੀ ਕੋਈ ਮੁਸ਼ਕਲ ਨਹੀਂ ਹੋਈ ਔਰ ਉਸ ਤੋਂ ਬਾਅਦ ਨਾ ਉਹਨਾਂ ਨੂੰ ਆਕਸੀਜਨ ਵਾਸਤੇ ਕਿਤੇ ਭੱਜਣਾ ਪਿਆ ਤੇ ਨਾ ਉਹ ਕਿਤੇ ਵੈਂਟੀਲੇਟਰ ਤੇ ਕਿਤੇ ਉਹ ਸਥਿਤੀ ਨਹੀਂ ਬਣੀ ਜੋ ਹੋ ਜਾਂਦੀ ਹੈ ਬਿਲਕੁਲ ਰਾਜੇਸ਼ ਜੀ ਆਪਣੇ ਕਾਲਰ ਵੀ ਆਪਣੇ ਨਾਲ ਜੁੜੇ ਨੇ ਜੀ ਸਤਿ ਸ਼੍ਰੀ ਅਕਾਲ ਜੀ ਹਾਂ ਬੇਟਾ ਹਾਂ ਜੀ ਸਰ ਜੀ ਹੈਲੋ ਹਾਂ ਜੀ ਸਰ ਜੀ ਬੋਲੋ ਜੀ ਬੋਲੋ ਹਾਂ ਬੇਟਾ ਇਹ ਜਿਹੜੀ ਬਿਮਾਰੀ ਹੈ ਨਾ ਇਹ ਬਹੁਤ ਹੈਗਾ ਜਿਹੜੀ ਇਹ ਮੱਖੀਆਂ ਕਰਕੇ ਹੈ ਜਿਹੜੀ ਗੰਦ ਕਰਦੀਆਂ ਮੱਖੀਆਂ ਬੇਟਾ ਇਹ 26 ਤਰ੍ਹਾਂ ਦੀ ਬਿਮਾਰੀ ਫੈਲਾਉਂਦੀਆਂ ਨੇ ਦੇਖੋ ਗੁਜਰਾਤ ਵਿੱਚ ਨਾ ਲੋਕਾਂ ਨੇ ਸਫਾਈ ਕਰ ਲਈ ਹੈ ਗੁਜਰਾਤ ਵਿੱਚ ਪ੍ਰੋਬਲਮ ਬੜੀ ਘੱਟ ਆ ਇਹ ਬੇਟਾ ਮੱਧ ਪ੍ਰਦੇਸ਼ ਆ ਉੱਥੇ ਵੀ ਲੋਕਾਂ ਨੇ ਸਫਾਈ ਕਰ ਲਈ ਉੱਥੇ ਪ੍ਰੋਬਲਮ ਬੜੀ ਘੱਟ ਵਾ ਹੈਲੋ ਹਾਂਜੀ ਹਾਂਜੀ ਸਰ ਜੀ ਪਰ ਨਾ ਜੱਜ ਸਾਹਿਬ ਨੂੰ ਇੱਕ ਬੇਨਤੀ ਕਰੋ ਵੀ ਜਿਹੜਾ ਆਪਣਾ ਨਵਾਂ ਅੰਮ੍ਰਿਤਸਰ ਸ਼ਹਿਰ ਆ ਨਾ ਇਹ ਜਿਹੜੇ 9 ਦੁਨੀਆ ਇੰਡੀਆ ਦੇ ਗੰਦੇ ਸ਼ਹਿਰ ਆ ਉਹਨਾਂ ਚ ਆਇਆ ਤੇ ਦੇਖੋ ਆਪਣਾ ਅੰਮ੍ਰਿਤਸਰ ਸ਼ਹਿਰ ਤਾਂ ਬੇਟਾ ਸਾਰੀ ਦੁਨੀਆ ਚੋਂ ਸਾਫ਼ ਚਾਹੀਦਾ ਹੈ ਤੇ ਗੁਰੂ ਸਾਹਿਬ ਨੇ ਤਾਂ ਕਿਹਾ ਸੀਗਾ ਇੱਕ ਨਾ ਜੱਜ ਸਾਹਿਬ ਵਰਗਾ ਬੰਦਾ ਸੀਗਾ ਉਹਦਾ ਨਾਂ ਸੀ ਭਾਈ ਬਹਿਲੋ ਉਹ ਸਫਾਈ ਕਰਦਾ ਹੁੰਦਾ ਸੀ ਪੰਜਵੇਂ ਪਾਤਸ਼ਾਹ ਵੇਲੇ ਤੇ ਗੁਰੂ ਸਾਹਿਬ ਨੇ ਕਿਹਾ ਸੀ ਭਾਈ ਬਹਿਲੋ ਸਭ ਤੋਂ ਪਹਿਲੋਂ ਵੀ ਮੈਨੂੰ ਸਿੱਖ ਉਹ ਪਿਆਰਾ ਜਿਹੜਾ ਆਪਦੇ ਗਲੀ ਮਹੱਲੇ ਦੀ ਪਿੰਡ ਦੀ ਸਫਾਈ ਕਰੂਗਾ ਇਹ ਜੱਜ ਸਾਹਿਬ ਨੂੰ ਕਹੋ ਮਿਹਨਤ ਕਰੋ ਵੀ ਆਸ਼ਰੋਮਣੀ ਕਮੇਟੀ ਵਾਲਿਆਂ ਨੂੰ ਕਹੋ ਵੀ ਪਹਿਲਾਂ ਸ਼ਹਿਰ ਦਾ ਸਾਫ਼ ਕਰ ਲਓ ਫਿਰ ਬਾਕੀ ਗੱਲਾਂ ਕਰਿਓ ਇਹ ਸਾਰਾ ਬੇਟਾ ਮੱਖੀਆਂ ਕਰਕੇ ਬਿਮਾਰੀ ਆ ਇਹ ਮੱਖੀ ਇਹ ਗੰਦਗੀ ਸਾਫ਼ ਕਰਨੀ ਪੈਣੀ ਆ ਸਰ ਇਹ ਬਿਮਾਰੀ ਵਰਲਡ ਵਾਈਡ ਹੈ ਜੀ ਸਾਰੇ ਕਿਤੇ ਹੀ ਹੈ ਔਰ ਆਪਾਂ ਜੀ ਨਹੀਂ ਨਹੀਂ ਉਹ ਵਰਲਡ ਵਾਈਡ ਤਾਂ ਵਰਲਡ ਵਾਈਡ ਤਾਂ ਬੇਟਾ ਇਹ ਸਿਆਸਤ ਬਾਰੇ ਡਰਾਮੇਬਾਜ਼ੀ ਆ ਪਰ ਆਪਣੇ ਜਿੰਨੀਆਂ ਬਿਮਾਰੀਆਂ ਨਾ ਮੱਖੀ ਨਾਲ ਪੈਦਾ ਹੁੰਦੀ ਆ ਪਾਪਾ ਆਪਣੇ ਤਾਂ ਜਿਹੜੇ 8ਵੇਂ ਪਾਤਸ਼ਾਹ ਸੀ ਮੱਖੀ ਹਮੇਸ਼ਾ ਤੋਂ ਹੁੰਦੀ ਹੈ ਰਹੀ ਵੀ ਹੈ ਜਦੋਂ ਅਸੀਂ ਭਾਰਤ ਦੀ ਗੱਲ ਕਰਦੇ ਹਾਂ ਤਾਂ ਅੱਜ ਦਾ ਜਿਹੜਾ ਸਮਾਂ ਸਰ ਉੱਥੇ ਚੱਲ ਰਿਹਾ ਅੱਜ ਇਹ ਸਮਾਂ ਮੱਖੀ ਵਾਲਾ ਨਹੀਂ ਮੱਖੀ ਤਾਂ ਹਮੇਸ਼ਾ ਤੋਂ ਉੱਥੇ ਰਹੀ ਹੈ ਤੇ ਇੰਨੀਆਂ ਡੈਥ ਹੋਣੀਆਂ ਆਕਸੀਜਨ ਦੀ ਕਮੀ ਹੋਣੀ ਮੈਂ ਤੁਹਾਡੀ ਗੱਲ ਮੈਂ ਜੀ ਹਾਂਜੀ ਉਹ ਬੇਟਾ ਸੁਣ ਮੇਰੀ ਗੱਲ ਜੀ ਮੱਖੀ 26 ਤਰ੍ਹਾਂ ਦੀ ਬਿਮਾਰੀ ਪੈਦਾ ਕਰਦੀ ਆ ਜਦੋਂ ਬੰਦਾ ਬਿਮਾਰ ਹੋ ਜਾਂਦਾ ਉਹਦੀ ਇਮਿਊਨਿਟੀ ਘੱਟ ਜਾਂਦੀ ਆ ਫਿਰ ਉਹਨੂੰ ਕਰੋਨਾ ਵਰਗੀਆਂ ਬਿਮਾਰੀਆਂ ਲੱਗਦੀਆਂ ਨੇ ਸਰ ਕੈਨੇਡਾ ਅਮਰੀਕਾ ਦੇ ਵਿੱਚ ਮੱਖੀ ਨਹੀਂ ਹੈ ਜੀ ਇੱਥੇ ਮੈਨੂੰ ਮੱਖੀ ਨਹੀਂ ਦਿਖਾਈ ਦਿੰਦੀ ਪਰ ਕੇਸਿਸ ਸਭ ਕਿਤੇ ਹੈ ਇਹ ਬੇਟਾ ਦੂਜਾ ਚੱਕਰ ਆ ਇਹ ਗਊ ਦੇ ਮੀਟ ਦਾ ਚੱਕਰ ਆ ਗਊ ਦੇ ਮੀਟ ਦਾ ਇਹ ਗਊ ਦੇ ਮੀਟ ਵਾਲਿਆਂ ਨੂੰ ਜਿਵੇਂ ਮੁਸਲਮਾਨ ਗਊ ਦੇ ਮੀਟ ਖਾਂਦੇ ਉਹਨਾਂ ਨੂੰ ਵੀ ਹੈਗੀ ਬਿਮਾਰੀ ਇਹ ਗਊ ਦੇ ਮੀਟ ਵਾਲਿਆਂ ਦੀ ਆ ਆਪਣੇ ਮੱਖੀ ਕਰਕੇ ਆ ਆਪਣੇ ਤਾਂ ਪੁੱਤ ਜਿੰਨਾ ਚਿਰ ਅਸੀਂ ਸਾਫ਼ ਨਹੀਂ ਕਰਦੇ ਸਾਰਾ ਕੁਛ ਉਹਨਾਂ ਚਿਰ ਗੱਲ ਹੀ ਨੀ ਮਾਨੀ ਹੈ ਠੀਕ ਹੈ ਨਾ ਹਾਂ ਤੋ ਗਲਤਾਂ ਨੂੰ ਕਰੋ ਮਿਹਨਤ ਓਕੇ ਓਕੇ ਜੀ ਓਕੇ ਗਿੱਲ ਸਾਹਿਬ ਜੀ ਤੁਹਾਨੂੰ ਮੈਂ ਮਿਹਨਤ ਕਰਦੀ ਹਾਂ ਕਿ ਜਿਹੜੀ ਸਾਡੇ ਕਾਲਰ ਨੇ ਗੱਲ ਕਹੀ ਹੈ ਐਨੀਵੇ ਮੈਨੂੰ ਲੱਗਦਾ ਕਿ ਜਦੋਂ ਇਹ ਸਰ ਕਾਲ ਕਰਦੇ ਹੁੰਦੇ ਆ ਇਹ ਮੁੱਦੇ ਨੂੰ ਬਹੁਤ ਹੀ ਗੰਭੀਰਤਾ ਦੇ ਨਾਲ ਚੁੱਕਦੇ ਨੇ ਬਟ ਜਦੋਂ ਅਸੀਂ ਕੈਨੇਡਾ ਦੇ ਵਿੱਚ ਬੈਠੇ ਹੁੰਦੇ ਹੁਣ ਮੈਂ ਇਹ ਗੱਲ ਮੈਂ ਰਾਜੇਸ਼ ਜੀ ਖੈਰ ਤੁਸੀਂ ਸੁਣੀ ਰਹੇ ਹੋ ਤੁਸੀਂ ਜਾਣਦੇ ਵੀ ਹੋ ਇਸ ਚੀਜ਼ ਨੂੰ ਮੈਂ ਸਪੈਸ਼ਲੀ ਇਸ ਵੇਲੇ ਆਪਣੇ ਦਰਸ਼ਕਾਂ ਨੂੰ ਇਹ ਗੱਲ ਕਹਿਣ ਲੱਗੀ ਹਾਂ ਵੀ ਜਦੋਂ ਅਸੀਂ ਇਸ ਬਿਮਾਰੀ ਦੀ ਇਸ ਵੇਲੇ ਗੱਲ ਕਰ ਰਹੇ ਹਾਂ ਨਾ ਇਸ ਟਾਈਮ ਜਿਹੜਾ ਇਹ ਸਮਾਂ ਨਾ ਨੁਕਤਾਚੀਨੀ ਕਰਨ ਦਾ ਜਾਂ ਅਸੀਂ ਕਹੀਏ ਵੀ ਉੱਥੇ ਗੰਦਗੀ ਹੈ ਅਤੇ ਤਾਂ ਹੁੰਦਾ ਜਾਂ ਭਾਰਤ ਨੂੰ ਸਿਰਫ ਅਸੀਂ ਗੰਦਗੀ ਦੇ ਰੂਪ ਨਾਲ ਹੀ ਦੇਖਦੇ ਰਹੀਏ ਸਿਰਫ ਇਹੀ ਸਾਡਾ ਫਰਜ਼ ਨਹੀਂ ਹੈਗਾ ਅਸੀਂ ਜਦੋਂ ਜਾਣਦੇ ਹਾਂ ਕਿ ਵਰਲਡ ਵਾਈਡ ਜਿਹੜੀ ਹੈ ਅਸੀਂ ਸਾਰੇ ਕਿਸ ਕੰਡੀਸ਼ਨ ਦੇ ਵਿੱਚ ਹੈਗੇ ਹਾਂ ਅਤੇ ਸਾਨੂੰ ਉਹਨੂੰ ਵੀ ਦੇਖਣਾ ਚਾਹੀਦਾ ਜਿਹੜੇ ਮੈਂ ਕਾਲ ਹੋਰ ਅਟੈਂਡ ਕਰ ਰਹੀ ਹਾਂ ਮੈਂ ਇਸ ਮੁੱਦੇ 'ਤੇ ਤੁਹਾਡੇ ਨਾਲ ਫਿਰ ਗੱਲ ਕਰਾਂਗੀ ਜੀ ਸਤਿ ਸ਼੍ਰੀ ਅਕਾਲ ਜੀ ਹੈਲੋ ਹਾਂਜੀ ਸਰ ਸਤਿ ਸ਼੍ਰੀ ਅਕਾਲ ਜੀ ਅਮਰਜੀਤ ਰਾਣਾ ਬੋਲ ਰਿਹਾ ਮੈਂ ਜੀ ਸਰ ਐਂਡ ਮੇਰੀ ਇਹਦੇ ਉੱਪਰ ਸਬਮਿਸ਼ਨ ਹੈ ਕਿ ਦੇਖੋ ਕਰੋਨਾ ਇਜ਼ ਅ ਵਰਲਡ ਵਾਈਡ ਫੀਨੋਮੀਨਾ ਇਹਦੇ 'ਚ ਕੋਈ ਡਾਊਟ ਨਹੀਂ ਹੈ ਕੋਈ ਕਿਉਂਕਿ ਜਿਹੜੇ ਉਹ ਕਾਲਰ ਬੋਲ ਰਹੇ ਸੀ ਹੋਰ ਗੱਲਾਂ ਡਿਫਰੈਂਟ ਜਿਹੀਆਂ ਕਰੇ ਬਿਲਕੁਲ ਅਸੀਂ ਇੱਕ ਦੇ ਵਹਿਮ ਦੇ ਵਿੱਚ ਬਹੁਤ ਸਾਨੂੰ ਸਾਡੇ ਇੰਡੀਆ ਦੇ ਵਿੱਚ ਲੋਕਾਂ ਨੂੰ ਕਲੈਰਿਟੀ ਨਹੀਂ ਹੈ ਲੋਕਾਂ ਨੂੰ ਰਿਊਮਰ ਦੇ ਵਿੱਚ ਬਹੁਤ ਕਨਫਿਊਜ਼ਨ ਹੈਗਾ ਨੰਬਰ ਟੂ
ਜਿਹੜੀ ਆਲਰੇਡੀ ਇੰਡੀਆ ਦੇ ਵਿੱਚ ਸੀ ਕਿ ਟੀਚਰ ਡਾਕਟਰ ਐਂਡ ਪ੍ਰੀਚਰ ਦੇ ਆਰ ਦ ਲਾਈਕ ਨੈਕਸਟ ਟੂ ਗੋਡ, ਇਹ ਇੰਨੇ ਕਰਪਟ ਹੋ ਚੁੱਕੇ ਆ ਇਸ ਵੇਲੇ, ਇੰਨੇ ਜ਼ਿਆਦਾ ਕਰਪਟ ਹੋ ਗਿਆ ਇੰਡੀਆ ਦੇ ਵਿੱਚ ਸਪੈਸ਼ਲੀ, ਕਿ ਡਾਊਟ ਇਹ ਹੈਗਾ ਕਿ ਇਹਨਾਂ ਦੀ ਜਿਹੜੀ ਕਰਪਸ਼ਨ ਹੈ ਡੀਪ ਰੂਟਿਡ ਜਿਹੜੀ ਚੱਲ ਗਈ ਹੈ, ਮਤਲਬ ਕੋਈ ਵੱਡੀ ਤੋਂ ਵੱਡੀ ਛੋਟੀ ਤੋਂ ਛੋਟੀ ਵੀ ਪ੍ਰੋਬਲਮ ਹੋਵੇ ਦੇ ਵਿਲ ਨੋਟ ਬਾਦਰ, ਉੱਥੇ ਵੀ ਪੈਸਾ ਪਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਇਹ ਮੈਨੂੰ ਡਾਊਟ ਹੈ, ਮੈਂ ਕੈਨੇਡਾ ਤੋਂ ਬੋਲ ਰਿਹਾ, ਮੈਨੂੰ ਡਾਊਟ ਹੈ ਕਿ ਜਿਹੜੀ ਇਨਫੈਕਸ਼ਨ ਹੈ ਕਰਪਸ਼ਨ ਦੀ, ਇਹ ਇਹਨਾਂ ਦੂਜੇ ਕੰਟਰੀਜ਼ ਦੇ ਵਿੱਚ ਜਿਹੜੇ ਇੰਡੀਅਨਸ ਆ ਰਹੇ ਹੈ ਐਂਡ ਸਪੈਸ਼ਲੀ ਪੰਜਾਬੀ, ਇਹ ਆ ਕੇ ਇੰਡੀਆ ਦੇ ਵਿੱਚ ਜਾਂ ਬਾਹਰਲੇ ਕੰਟਰੀ ਦੇ ਵਿੱਚ ਆ ਕੇ ਵੀ ਇਹ ਇਨਫੈਕਸ਼ਨ ਨਾ ਫੈਲਾ ਦੇਣ ਕਰਪਸ਼ਨ ਵਾਲੀ। ਸੋ ਇੰਡੀਆ 'ਚ ਰਹਿਣ ਕਰੀ ਜਾਣ ਕਿ ਜੋ ਮਰਜ਼ੀ ਕਰਦੇ ਹੈ, ਅਸੀਂ ਇਸੇ ਕਰਕੇ ਦੋ ਕੇ ਉੱਥੋਂ ਆਏ ਹਾਂ ਕਿ ਲਾਈਫ ਸਾਡੀ ਹੈਲ ਹੋ ਗਈ ਸੀ ਇੰਡੀਆ ਦੇ ਵਿੱਚ ਬਿਕੋਜ਼ ਆਫ ਕਰਪਸ਼ਨ, ਬਿਕੋਜ਼ ਆਫ ਪੋਲੀਟੀਸ਼ੀਅਨ, ਜਿਨ੍ਹਾਂ 'ਚੋਂ ਮੋਦੀ ਜੀ ਬੈਠੇ ਆ, ਪੰਜਾਬ 'ਚ ਅਮਰਿੰਦਰ ਹੈ, ਆਈ ਸ਼ੁੱਡ ਨੋਟ ਨੇਮ ਐਨੀਵਨ, ਬਟ ਓਵਰਆਲ ਟੀਚਰ ਹੋਣ, ਡਾਕਟਰ ਹੋਣ, ਪ੍ਰੀਚਰ ਹੋਣ, ਇੰਨਾ ਜ਼ਿਆਦਾ ਧਰਮ ਦਾ ਪ੍ਰਚਾਰ ਇੰਡੀਆ ਦੇ ਵਿੱਚ ਹੋ ਰਿਹਾ ਕਿ ਜਿੰਨਾ ਦੁਨੀਆਂ ਦੇ ਵਿੱਚ ਕਿਤੇ ਨਹੀਂ ਹੋਇਆ। ਪਰ ਜਿੰਨੀ ਜ਼ਿਆਦਾ ਕਰਪਸ਼ਨ, ਜਿੰਨੀ ਜ਼ਿਆਦਾ ਮਤਲਬ ਡਾਊਨ ਟੂ ਤੁਸੀਂ ਕਹਿ ਲਓ ਕਿ ਇੰਡੀਆ ਦੇ ਵਿੱਚ ਹੈ, ਇੰਨਾ ਕਿਤੇ ਨਹੀਂ ਹੈਗਾ। ਇੱਥੇ ਅੱਛੇ ਲੋਕ ਹੈਗੇ ਹੈ, ਬਹੁਤ ਮਿਨੀਮਮ ਹੈਗੇ ਹੈ, ਉਹਨਾਂ ਤੇ ਗਿਣ ਸਕਦੇ ਹੋ, ਮੈਕਸੀਮਮ ਲੋਕ ਸਾਰੇ ਉੱਥੇ ਕਰਪਸ਼ਨ 'ਚ ਹੈਗੇ ਹੈ। ਉਹਨਾਂ ਬਸ ਗੁਰਬਾਣੀ ਪੜ੍ਹੀ ਜਾਣਗੇ, ਪਰ ਦੇ ਵਿਲ ਨੋਟ ਫੋਲੋ ਦਾ ਗੁਰਬਾਣੀ, ਗੁਰਬਾਣੀ ਫੋਲੋ ਨਹੀਂ ਕਰ ਰਹੇ, ਜਦਕਿ ਗੁਰਬਾਣੀ ਫੋਲੋ ਕਰਨ ਦਾ ਹੈਗਾ ਨਾ ਕਿ ਪੜ੍ਹਨ ਦਾ ਹੈਗਾ। ਜੇ ਪੜ੍ਹੋ ਜੇ ਫੋਲੋ ਨਹੀਂ ਕਰ ਰਹੇ ਤੇ ਬਟ ਇਹਦਾ ਕੀ ਮੀਨਿੰਗ ਹੈਗਾ ਪੜ੍ਹਨ ਦਾ, ਮੈਨੂੰ ਆਈ ਡੋਂਟ ਅੰਡਰਸਟੈਂਡ। ਸੋ ਮੇਰੀ ਤਾਂ ਇੱਕੋ ਹੀ ਹੈਗੀ ਹੈ ਕਿ ਤੁਸੀਂ ਜੇ ਕਰ ਰਹੇ ਹੋ, ਜਿਹੜੇ ਕੋਈ ਇਹੀ ਸਭ ਨੂੰ ਲੋਕਾਂ ਕਹੋ ਕਿ ਘੱਟੋ ਘੱਟ ਆਪਣੀ ਜਿਹੜੀਆਂ ਆਪਣੀ ਮਨ ਨੂੰ ਕਲੀਨ ਕਰਕੇ ਡੈਡੀਕੇਸ਼ਨ ਨਾਲ, ਜਿਵੇਂ ਸਾਨੂੰ ਗੁਰਬਾਣੀ 'ਚ ਕਿਹਾ ਗਿਆ ਕਿ ਤੁਸੀਂ ਆਪ ਸੇਵਾ ਕਰੋ ਐਂਡ ਕਲੀਨ ਕਰੋ ਆਪਣੇ ਆਪ ਨੂੰ ਕਿਸੇ ਵਿੱਚੋਂ ਇਸ ਵੇਲੇ, ਮਤਲਬ ਡੈਥ ਦੇ ਵਿੱਚੋਂ, ਜਾਂ ਤੁਸੀਂ ਬੰਦੇ ਦੇ ਕਫਨ ਦੇ ਉੱਪਰੋਂ ਪੈਸੇ ਨਾ ਬਣਾਉਣ ਦੀ ਕੋਸ਼ਿਸ਼ ਕਰੋ। ਬਿਲਕੁਲ, ਸੋ ਲੈਟਸ ਨੋਟ ਗੈਟ ਇਨ ਟੂ ਦੈਟ। ਆਈ ਪ੍ਰੇ ਟੂ ਆਲ ਮਾਈਟੀ ਕਿ ਗੁੱਡ ਸੈਂਸ ਸ਼ੁੱਡ ਪ੍ਰਵੇਲ ਅਪੋਨ ਐਵਰੀ ਵਨ ਇਨ ਇੰਡੀਆ, ਐਂਡ ਸੋ ਦੈਟ ਕਿ ਜੀ ਸਰ, ਬਿਲਕੁਲ, ਥੈਂਕ ਯੂ ਸੋ ਮਚ ਸਰ ਗੱਲਬਾਤ ਕਰਨ ਦੇ ਲਈ। ਕਰਪਸ਼ਨ ਐਂਡ ਆਲ, ਰਾਜੇਸ਼ ਜੀ, ਇੱਕ ਸੈਪਰੇਟ ਮੁੱਦਾ ਹੈਗਾ, ਪਰ ਨੋ ਡਾਊਟ ਚਲੋ ਹੈ ਕਰਪਸ਼ਨ, ਔਰ ਕਰਪਸ਼ਨ ਵਰਗਾ ਵਾਇਰਸ ਤਾਂ ਕਹਿ ਸਕਦੇ ਵੀ ਉਹਦੀ ਕੋਈ ਵੈਕਸੀਨ ਜਿਹੜੀ ਹੈ ਉਹ ਨਹੀਂ ਆਈ ਅਜੇ ਤੱਕ, ਔਰ ਕਿਤੇ ਵੀ ਨਹੀਂ ਆਈ, ਚਾਹੇ ਉਹ ਭਾਰਤ ਹੋਵੇ ਜਾਂ ਕਿਤੇ ਦੀ ਵੀ ਅਸੀਂ ਗੱਲ ਕਰ ਲਈਏ। ਪਰ ਖੈਰ, ਭਾਰਤ ਦੇ ਵਿੱਚ ਜਦੋਂ ਅਸੀਂ ਪੋਲੀਟੀਕਲ ਪਾਰਟੀਆਂ ਦੀ ਗੱਲ ਕਰ ਲਈਏ, ਪੋਲੀਟੀਸ਼ੀਅਨਸ ਦੀ ਗੱਲ ਕਰ ਲਈਏ, ਤਾਂ ਨੋ ਡਾਊਟ ਕੋਰੋਨਾ ਨੂੰ ਜਿਵੇਂ ਹੈਂਡਲ, ਮੈਂ ਇਹ ਸਵਾਲ ਪੁੱਛਣ ਲੱਗੀ ਸੀ ਕਿ ਕੋਰੋਨਾ ਨੂੰ ਹੈਂਡਲ ਉਸ ਤਰੀਕੇ ਨਾਲ ਕੀਤਾ ਜਾ ਰਿਹਾ। ਹਾਂਜੀ, ਮੈਂ ਉਹ ਗੱਲ ਕਰਨ ਲੱਗਾ ਕਿ ਕਰਪਸ਼ਨ ਜਿਹੜੀ ਆ ਉਹ ਇਸ ਮੁੱਦੇ ਨਾਲ ਜੁੜੀ ਹੋਈ ਹੈ। ਇਹ ਬੜੀ, ਫਿਰ ਇੱਕ ਕਾਲਰ ਰਾਜੇਸ਼ ਜੀ, ਮੈਨੂੰ ਹੋਰ ਇੱਕ ਕਾਲਰ, ਰਾਜੇਸ਼ ਜੀ ਇੱਕ ਕਾਲਰ ਹੋਰ ਲੈ ਲੈਣ ਦੋ, ਫਿਰ ਆਪਾਂ ਇਸੇ ਟੌਪਿਕ ਤੇ ਆਨੇ ਆ ਜਿਹੜਾ ਤੋਂ ਟੌਪਿਕ ਤੁਸੀਂ। ਜੀ ਬਰਾੜ ਸਰ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਸ਼ੈਰੀ ਜੀ, ਗਿਲ ਸਾਹਿਬ ਨੂੰ ਸਤਿ ਸ੍ਰੀ ਅਕਾਲ, ਤੇ ਮੇਰਾ ਤਾਂ ਛੋਟਾ ਹੀ ਆ ਆਪਣਾ ਕੁਐਸਚਨ ਦੇ ਜੀ, ਜਿਹੜਾ ਕਰੋਨਾ ਵਾਇਰਸ ਆ, ਪਹਿਲਾਂ ਤਾਂ ਉਹਦੇ ਵਿੱਚ ਆਪਾਂ ਸਾਰੇ ਸੌਰੀ ਫੀਲ ਕਰਦੇ ਹਾਂ ਕਿਉਂਕਿ ਇੰਡੀਆ ਦੇ ਵਿੱਚ ਕਾਫੀ ਵੱਧ ਗਿਆ ਇਹ ਜੀ। ਬਿਲਕੁਲ, ਉਹਦਾ ਵਧਣ ਦਾ ਕਾਰਨ ਕਿਉਂਕਿ ਆਪਾਂ ਦੇਖਦੇ ਹਾਂ, ਪਿੱਛੇ ਆਪਾਂ ਤੁਹਾਡੇ ਨਿਊਜ਼ਾਂ ਦੇ ਮਾਧਿਅਮ ਰਾਹੀਂ ਦੇਖਦੇ ਰਹੇ ਹਾਂ ਕਿ ਲੋਕਾਂ ਨੇ ਲਿਸਨ ਨਹੀਂ ਕੀਤਾ, ਇਹਦੇ ਵਿੱਚ ਥੋੜਾ ਜਿਹਾ ਸਰਕਾਰ ਦਾ ਕੋਈ ਬਾਸੂਰ ਨਹੀਂ ਨਾ ਗਹਿਣ ਦਾ ਕਰਕੇ ਕਰੋਨਾ ਦੇ ਵਿੱਚ, ਕਿਉਂਕਿ ਸਰਕਾਰੀ ਅਦਾਰਿਆਂ ਨੇ ਤਾਂ ਬਹੁਤ ਪ੍ਰੈਸ ਕੀਤਾ ਸੀ ਲੋਕਾਂ ਨੂੰ ਕਿ ਭਾਈ ਤੁਸੀਂ ਵੈਕਸੀਨ ਲਵਾਓ, ਪਰ ਲੋਕਾਂ ਨੇ ਇਸ ਚੀਜ਼ ਨੂੰ ਇਗਨੋਰ ਕੀਤਾ। ਰਾਈਟ, ਇਹ ਸਾਡੇ ਵੈਸੇ ਖੂਨ ਦੇ ਵਿੱਚ ਹੀ, ਅਸੀਂ ਇੱਥੇ ਵੀ ਰਹਿੰਦੇ ਹਾਂ, ਇੱਥੇ ਵੀ ਅਸੀਂ ਇਗਨੋਰ ਕਰਦੇ ਹਾਂ, ਅਸੀਂ ਕਹਿੰਦੇ ਕਿਹੜਾ ਕਰੋਨਾ ਹੋਣਾ, ਇਹ ਤਾਂ ਐਵੇਂ ਹੀ ਆ, ਇਹ ਤਾਂ ਚਾਹ ਨਾ ਹਟ ਜਾਂਦਾ ਇਹ ਤਾਂ, ਕਿਉਂਕਿ ਮੈਡੀਕਲ ਫੀਲਡ ਦੇ ਵਿੱਚ ਤੁਸੀਂ ਚੱਲੇ ਜਾਂਦੇ ਹੋ, ਉਹਦੇ ਵਿੱਚ ਜਾ ਕੇ ਇਹ ਚੈਲੇਂਜ ਹੋ ਜਾਂਦੀਆਂ ਚੀਜ਼ਾਂ, ਜਦੋਂ ਦੁਨੀਆ ਸਾਰੀ ਨੂੰ ਇਹ ਚੈਲੇਂਜ ਹੋ ਗਿਆ ਤੇ ਉਹਦੇ ਵਿੱਚ ਇੰਡੀਆ ਕਿਹੜਾ ਪਿੱਛੇ ਰਹਿ ਜੂਗਾ। ਬਿਲਕੁਲ ਬਿਲਕੁਲ, ਪਰ ਅਸੀਂ ਇਹਨੂੰ ਇਗਨੋਰ ਕੀਤਾ, ਅਸੀਂ ਇਗਨੋਰ ਕਰਨ ਦੇ ਵਿੱਚ ਮੈਨੂੰ ਲੱਗਦਾ ਪਹਿਲਾ ਸਥਾਨ। ਬਿਲਕੁਲ ਬਰਾੜ ਸਾਹਿਬ, ਜਦੋਂ ਦੂਜੇ ਮੁਲਕਾਂ ਦੇ ਵਿੱਚ, ਬਰਾੜ ਸਾਹਿਬ, ਜਦੋਂ ਇੰਨਾ ਜ਼ਿਆਦਾ ਫੈਲਿਆ ਸੀ ਦੂਜੇ ਮੁਲਕਾਂ 'ਚ, ਤਾਂ ਉਸ ਟਾਈਮ ਭਾਰਤ ਕੋਲ ਸਮਾਂ ਸੀਗਾ ਕਿਉਂਕਿ ਉੱਥੇ ਜ਼ਿਆਦਾ ਨਹੀਂ ਆਇਆ ਸੀ, ਉਦੋਂ ਤਿਆਰੀ ਕੀਤੀ ਜਾ ਸਕਦੀ ਸੀਗੀ ਵੀ ਜਦੋਂ ਇੱਥੇ ਆ ਗਿਆ ਤਾਂ ਅਸੀਂ ਉਹਦੇ ਲਈ ਤਿਆਰ ਐਟਲੀਸਟ ਰਹੀਏ, ਕਿਉਂਕਿ ਉਸ ਟਾਈਮ ਤੇ ਭਾਰਤ 'ਚ ਇੰਨਾ ਸੀਗਾ। ਫਿਰ ਉੱਥੇ ਆ ਕੇ ਜੀ ਸਮੱਸਿਆ ਨਾਲ ਇਕਨੋਮਿਕਸ ਲਈ ਖੜ ਜਾਂਦੇ ਆ, ਕਿਉਂਕਿ ਸਾਡੇ ਕੋਲ ਫਸਟ ਰੈਂਕ ਤੋਂ ਸਾਡੇ ਕੋਲ ਪਾਪੂਲੇਸ਼ਨ ਇੰਨੀ ਹੈ। ਫਿਰ ਅਸੀਂ, ਤੁਸੀਂ ਇਹਦੀ ਮੈਂ ਥੋੜੀ ਜਿਹੀ ਐਗਜ਼ਾਮਪਲ ਦਿੰਦਾ, ਇੱਥੇ 39 million ਦੀ ਪਾਪੂਲੇਸ਼ਨ ਔਰ ਕੈਨੇਡਾ ਦੇ ਕੋਲ ਇੱਕੋ ਹੀ ਫੋਕਸ ਆ ਪਿਛਲੇ ਸਾਲ ਤੋਂ ਲੈ ਕੇ ਅੱਜ ਤੱਕ ਕੋਵਿਡ ਦੇ ਉੱਤੇ, ਰਾਈਟ, ਸਾਰਾ ਕੁਝ ਠੱਪ ਪਿਆ, ਸਿਰਫ ਕੋਵਿਡ ਦੇ ਉੱਤੇ 39 million ਲੋਕਾਂ ਦੇ ਲਈ ਉਹ ਕੰਮ ਕਰ ਰਿਹਾ, ਤੇ ਸਾਡੇ ਇੰਡੀਆ ਦੇ ਵਿੱਚ ਤਾਂ ਤੁਸੀਂ ਉਹਨੂੰ ਕੰਪੇਅਰ ਕਰ ਲਓ। ਜਿੱਦਾਂ ਮੈਂ ਕੁਐਸਚਨ ਕੀਤਾ ਸੀ ਤੁਹਾਡੇ ਪ੍ਰੋਗਰਾਮ ਦੇ ਉੱਤੇ ਪ੍ਰੋਫੈਸਰ ਸਾਹਿਬ ਨੂੰ ਇੱਕ, ਤੇ ਉਹਨਾਂ ਨੇ ਮੈਨੂੰ ਜਵਾਬ ਦਿੱਤਾ ਸੀ
कंपैरिजन टू पापुलेशन, पर पापुलेशन दे विच हर चीज हुंदी है कंपैरिजन, पर इंसान तो इंसान ही है ना, इंसान नूं जदों कोई रोग लगदा उहदे विच फिर पापुलेशन नहीं ना देखी जांदी, वक्खरी चीज है कि उह मैस ऑर्गेनाइजर आ सरकारां, राइट, पर उहदे नाल साडे वी कुछ फर्ज बणदे आ ना जी, बिलकुल बिलकुल, नागरिक दा वी फर्ज बणदे आ। असीं इत्थे देखो किन्ने असीं जिहड़ा ਪਾਰਕਾਂ ਦੇ ਵਿੱਚ ਤੁਸੀਂ ਚਲੇ ਜਾਓ ਕਿੰਨੇ ਕੁ ਲੋਕ ਆ ਜਿਹੜੇ ਪ੍ਰਿਕੋਸ਼ਨ ਨੂੰ ਫਾਲੋ ਕਰਦੇ ਆ, ਕੈਨੇਡਾ ਦੇ ਵਿੱਚ, ਇੱਥੇ ਬੀਸੀ ਦੇ ਵਿੱਚ, ਸਰੀ ਦੇ ਵਿੱਚ ਈਵਨ ਨਹੀਂ ਕਰਦੇ, ਕਿਉਂ? ਕਿਉਂਕਿ ਅਸੀਂ ਕਹਿੰਦੇ ਸਾਨੂੰ ਕਿਹੜਾ ਹੋਣਾ ਹੈ। ਇਹ ਜਿਹੜੀ ਸਾਡੇ ਅੰਦਰ ਨਾ ਹੋਣ ਦੀ ਇੱਕ ਮਾਦਾ ਪ੍ਰਸਤੀ ਭਰੀ ਹੋਈ ਹੈ, ਇਹਨੂੰ ਕਲੀਅਰ ਕਰਨਾ ਪੈਣਾ। ਸੋ ਮੈਂ ਤਾਂ ਇਹੀ ਪਰਮਾਤਮਾ ਅੱਗੇ ਬੇਨਤੀ ਕਰਨਾ ਕਿ ਸਿਸਟਮ ਨੂੰ ਵੀ ਥੋੜਾ ਬਹੁਤਾ ਹੁਣ ਸੁਧਾਰ ਕਰਨਾ ਚਾਹੀਦਾ, ਜਿਹੜੀ ਥਰਡ ਵੇਵ ਜਾਂ ਫੋਰਥ ਵੇਵ ਉਹਦੇ ਲਈ ਅਵੇਅਰਨੈਸ ਹੋਣਾ ਚਾਹੀਦਾ, ਤਿਆਰੀ ਕਰ ਲੈਣੀ ਚਾਹੀਦੀ ਹੈ। ਸੋ ਔਰ ਸਾਨੂੰ ਖੁਦ ਨੂੰ ਵੀ ਤਿਆਰ ਰਹਿਣਾ ਚਾਹੀਦਾ, ਭਿਆਨਕ ਬਿਮਾਰੀ ਆ। ਸੋ ਮੇਰੇ ਤਾਂ ਇੰਨੇ ਵਿਚਾਰ ਆ। ਥੈਂਕ ਯੂ ਜੀ। ਥੈਂਕ ਯੂ ਜੀ, ਥੈਂਕ ਯੂ। ਬਰਾੜ ਸਾਹਿਬ ਹਮੇਸ਼ਾ ਜਦੋਂ ਗਿੱਲ ਸਾਹਿਬ ਆਉਂਦੇ ਨੇ ਤਾਂ ਬੜੇ ਅੰਕੜਿਆਂ ਦੇ ਨਾਲ ਗੱਲ ਕਰਦੇ ਨੇ, ਬੜੇ ਹੀ ਸੂਝਵਾਨ ਕਾਲਰ ਆਪਣੇ ਨੇ ਹਮੇਸ਼ਾ। ਇਹਨਾਂ ਦੇ ਕੋਲ ਕੋਈ ਨਾ ਕੋਈ ਐਗਜ਼ਾਮਪਲ ਵੀ ਹੁੰਦੀ ਹੈ ਅਤੇ ਅੰਕੜੇ ਵੀ ਇਹਨਾਂ ਕੋਲ ਜ਼ਰੂਰ ਹੁੰਦੇ ਨੇ। ਐਨੀਵੇ, ਤੁਸੀਂ ਟੌਪਿਕ ਛੇੜਿਆ ਸੀਗਾ ਕਿ ਆਪਣੇ ਪਹਿਲੇ ਕਾਲਰ ਦੇ ਬਿਹਾਫ ਦੇ ਉੱਤੇ ਵੀ ਜਿਹੜੀ ਸਿਆਸਤ ਹੈ ਉਹ ਕਿਤੇ ਨਾ ਕਿਤੇ ਕਰੋਨਾ ਨਾਲ ਰਿਲੇਟਡ ਹੈ। ਤੁਸੀਂ ਪਲੀਜ਼ ਮੈਨੂੰ ਦੱਸੋਗੇ ਰਾਜੇਸ਼ ਜੀ, ਤੁਸੀਂ ਕੀ ਇੱਦਾਂ ਦੀ ਜਿਹੜੀ ਹੈ ਸਰਵੇ ਕੀਤਾ, ਤੁਸੀਂ ਆਪਣੇ ਨਜ਼ਰੀਏ ਤੋਂ ਇੱਦਾਂ ਦੀ ਕੀ ਤਸਵੀਰ ਦੇਖੀ, ਉਹਨੂੰ ਪਲੀਜ਼ ਦੱਸੋ। ਦੇਖੋ, ਬਿਲਕੁਲ, ਇਹ ਚੀਜ਼ਾਂ ਜਿਹੜੀਆਂ ਨੇ, ਹਰ ਚੀਜ਼ ਜਦੋਂ ਕੋਈ ਕਿਸੇ ਚੀਜ਼ ਦਾ ਇਲਾਜ ਨਿਕਲਦਾ, ਜਦੋਂ ਡਿਮਾਂਡ ਇੱਕ ਚੀਜ਼ ਦੀ ਵੱਧ ਜਾਂਦੀ ਹੈ ਬਹੁਤ ਜ਼ਿਆਦਾ, ਤਾਂ ਉਹਦੀ ਸਪਲਾਈ ਦੀ ਜਦੋਂ ਘਾਟ ਹੈ ਤਾਂ ਉੱਥੇ ਬਲੈਕ ਮਾਰਕੀਟਿੰਗ ਜਿਹੜੀ ਹੋਣੀ ਉਹ ਜ਼ਰੂਰੀ ਹੈ, ਹੋਰਡਿੰਗ ਹੋਣੀ ਜ਼ਰੂਰੀ ਆ। ਉਹ ਇਹ ਚੀਜ਼ਾਂ ਐਸੈਂਸ਼ੀਅਲ ਹੋ ਚੁੱਕੀਆਂ, ਇਹ ਹੋਣੀਆਂ ਹੋਣੀਆਂ ਜੇ ਭਾਰਤ ਦੀ ਗੱਲ ਕਰੀਏ ਤਾਂ ਇਹ ਚੀਜ਼ਾਂ ਹੋ ਰਹੀਆਂ ਨੇ। ਅੱਜ ਜਿਹੜੀ ਚੀਜ਼ਾਂ ਦੀ ਡਿਮਾਂਡ ਹੈ, ਜਿਹੜੀ ਚੀਜ਼, ਜਿਹੜੀ ਇੱਕ ਇੰਜੈਕਸ਼ਨ ਦੀ ਗੱਲ ਕਰ ਰਹੇ ਹਾਂ ਆਪਾਂ, ਵਾਰ ਵਾਰ ਰੈਮਡੇਸਿਵਿਰ ਇੰਜੈਕਸ਼ਨ ਦੀ ਗੱਲ ਕਰ ਰਹੇ ਹਾਂ, ਉਹ 50-50 ਹਜ਼ਾਰ ਰੁਪਏ ਦੇ ਵਿੱਚ ਮਿਲ ਰਿਹਾ। ਔਰ ਜਦਕਿ ਅੰਮ੍ਰਿਤਸਰ ਦੀ ਇੱਕ ਫਾਰਮਾਸਿਊਟੀਕਲ ਕੰਪਨੀ ਹੈ ਜਿਸਨੇ ਕਿ ਇੰਡੀਅਨ ਗਵਰਨਮੈਂਟ ਨੂੰ ਇਹ ਲਿਖਿਆ ਹੈ ਕਿ ਜੇ ਉਹਨਾਂ ਨੂੰ ਇਹ ਇੰਜੈਕਸ਼ਨ ਬਣਾਉਣ ਦੀ ਇਜਾਜ਼ਤ ਦਿੱਤੀ ਜਾਏ, ਔਰ ਇਹ ਉਹ ਕੰਪਨੀ ਹੈ ਜਿਹੜੀ 70 ਦੇਸ਼ਾਂ ਦੇ ਵਿੱਚ ਆਲਰੇਡੀ ਸਿਮਿਲਰ ਡਰੱਗਸ ਜਿਹੜੀ ਹੈ ਉਹ ਸਪਲਾਈ ਕਰ ਰਹੀ ਹੈ, ਪਰ ਉਹਨੂੰ ਲਾਇਸੈਂਸ ਨਹੀਂ ਮਿਲ ਰਿਹਾ, ਉਸਨੂੰ ਇਹ ਚੀਜ਼ ਦਾ ਲਾਇਸੈਂਸ ਨਹੀਂ ਦਿੱਤਾ ਜਾ ਰਿਹਾ ਕਿ ਉਹ ਇਹ ਜਿਹੜੀ ਹੈ ਵੈਕਸੀਨੇਸ਼ਨ ਬਣਾ ਸਕੇ, ਇਹ ਵਾਇਲਸ ਤਿਆਰ ਕਰ ਸਕੇ। ਜਿਹੜਾ ਕਿ ਉਹਦਾ ਦਾਅਵਾ ਹੈ ਕਿ ਉਹ 1500 ਰੁਪਏ ਦੇ ਵਿੱਚ ਉਹ ਜਿਹੜਾ ਵਾਇਲ ਹੈ ਉਹ ਲੋਕਾਂ ਨੂੰ ਮੁਹੱਈਆ ਕਰਵਾ ਸਕਦੀ ਹੈ, ਪਰ ਕਿਉਂ ਨਹੀਂ ਦਿੱਤਾ ਜਾ ਰਿਹਾ, ਇਹ ਬਹੁਤ ਵੱਡੀ ਕਰਪਸ਼ਨ ਹੈ। ਦੂਸਰੇ, ਤੁਹਾਨੂੰ ਛੋਟੀ ਜਿਹੀ ਐਗਜ਼ਾਮਪਲ ਦਿਖਾਵਾਂਗਾ ਕਿ ਜਿਹੜੇ ਅੱਜ ਹੋ ਕੀ ਰਿਹਾ ਵਾ। ਜਦੋਂ ਲੋਕਡਾਊਨ ਲੱਗ ਜਾਂਦਾ ਜਾਂ ਜਦੋਂ ਕਰਫਿਊ ਦਾ ਐਲਾਨ ਹੋ ਜਾਂਦਾ, ਨੋ ਡਾਊਟ ਪੁਲਿਸ ਨੇ ਪਿਛਲੇ ਦਿਨਾਂ ਦੇ ਵਿੱਚ, ਪਿਛਲੇ ਸਮੇਂ ਦੇ ਵਿੱਚ ਬਹੁਤ ਵਧੀਆ, ਬਹੁਤ ਲਾਮਿਸਾਲ ਕੰਮ ਕੀਤਾ। ਔਰ ਕਰੰਟ ਕੋਰੋਨਾ ਵਾਰੀਅਰ ਦੇ ਜੇ ਗੱਲ ਕੀਤੀ ਜਾਏ ਤਾਂ ਬਹੁਤ ਡਾਕਟਰ ਤੋਂ ਬਾਅਦ ਉਹਨਾਂ ਦਾ ਨੰਬਰ ਆਉਂਦਾ, ਸਫਾਈ ਸੇਵਕਾਂ ਦਾ ਜਾਂ ਇਹਨਾਂ ਦਾ ਨੰਬਰ ਆਉਂਦਾ। ਬਿਲਕੁਲ, ਪਰ ਹੁਣ ਉਹ ਕੀ ਰਿਹਾ, ਜਿਹੜੀ ਚੀਜ਼ ਅਸੀਂ ਪ੍ਰੈਕਟੀਕਲ ਦੇਖ ਰਹੇ ਹਾਂ। ਅੱਜ ਡਾਇਨਿੰਗ ਬੰਦ ਆ, ਰੈਸਟੋਰੈਂਟ ਦੇ ਵਿੱਚ ਡਾਇਨਿੰਗ ਬੰਦ ਆ, ਪਰ ਜੇ ਉਹ ਕਿਸੇ ਪੁਲਿਸ ਵਾਲੇ ਨਾਲ ਚੈਟਿੰਗ ਕਰ ਲੈਂਦਾ ਤੇ ਉਹ ਡਾਇਨਿੰਗ ਕਰ ਸਕਦਾ, ਫਿਰ ਉਹਨੂੰ ਕੋਈ ਪ੍ਰੋਬਲਮ ਨਹੀਂ ਹੈ। ਦੂਸਰੇ ਨੰਬਰ ਤੇ ਇਹ ਕਰਪਸ਼ਨ ਹੈ। ਦੂਸਰੇ ਨੰਬਰ ਤੇ ਇਹ ਜਿਹੜੇ ਪੈਲਸਿਸ, ਮੈਰਿਜ ਪੈਲਸਿਸ ਆ ਜਾਂ ਹੋਟਲ ਆ, ਉਹ ਬਾਹਰੋਂ ਤਾਲਾ ਲਾ ਦਿੰਦੇ ਨੇ, ਅੰਦਰ ਮੈਰਿਜ ਸੋਲਨਾਈਜ਼ ਕੀਤੀਆਂ ਜਾ ਰਹੀਆਂ, ਇਹ ਕਰਪਸ਼ਨ ਇੱਥੇ ਹੋ ਚੁੱਕੀ ਹੈ। ਜਿਹੜੇ ਸੰਬੰਧਿਤ ਥਾਣੇ ਨੇ ਉੱਥੇ ਸੈਟਿੰਗ ਕੀਤੀ ਜਾ ਰਹੀ ਹੈ, ਸੈਟਿੰਗ ਕਰਕੇ ਇਹ ਸਾਰੀਆਂ ਚੀਜ਼ਾਂ ਕੀਤੀਆਂ ਜਾ ਰਹੀਆਂ, ਤੇ ਉਹਦੇ ਨਾਲ ਫਿਰ ਕਿਹਨੂੰ ਪਰਵਾਹ ਹੈ ਕਿ ਕਰੋਨਾ ਵੱਧਦਾ ਤੇ ਵਧੇ, ਸਾਡੀ ਜੇਬ ਗਰਮ ਹੋ ਗਈ ਤੇ ਕੋਈ ਗੱਲ ਨੀ, ਇਹ ਪਰਿਵਾਰ ਜਿਹੜੇ ਨੇ ਉਹ ਵੀ ਜ਼ਿੰਮੇਵਾਰ ਨੇ। ਔਰ ਦੇਖੋ, ਇੱਕ ਐਗਜ਼ਾਮਪਲ ਉਹ ਵੀ ਆਈ ਕਿ ਕਿਸੇ ਇੱਕ ਲਾੜੇ ਨੂੰ ਕਰੋਨਾ ਪੋਜ਼ਿਟਿਵ ਸੀ ਤਾਂ ਉਹਨਾਂ ਨੇ ਪੀਪੀ ਕਿੱਟਾਂ ਪਾ ਕੇ ਵਿਆਹ ਦਾ ਸੋਲਨਾਈਜ਼ ਕੀਤਾ, ਇਹ ਵੀ ਇੱਕ ਐਗਜ਼ਾਮਪਲ ਦੇਖਣ ਨੂੰ ਮਿਲੀ। ਪਰ ਦੂਜੇ ਪਾਸੇ ਢੇਰ ਸਾਰੀਆਂ ਅਜਿਹੇ ਐਗਜ਼ਾਮਪਲਸ ਨੇ ਜਿੱਥੇ ਕਰਪਸ਼ਨ ਨੂੰ ਵੱਖ ਨਹੀਂ ਕੀਤਾ ਜਾ ਰਿਹਾ। ਜੇ ਚੀਜ਼ਾਂ ਵਾਕਈ ਨਾ ਹੋਣ ਤਾਂ ਸੀਰੀਅਸਲੀ ਇਸ ਨੂੰ ਹੋਰ ਜ਼ਿਆਦਾ ਚੰਗੇ ਤਰੀਕੇ ਨਾਲ ਇਸ ਤੇ ਕਾਬੂ ਪਾਇਆ ਜਾ ਸਕਦਾ ਹੈ, ਲੋਕਾਂ ਨੂੰ ਵੀ ਪ੍ਰੋਪਰ ਤਰੀਕੇ ਨਾਲ ਜਿਹੜਾ ਇਸ ਬਾਰੇ ਅਵੇਅਰ ਕੀਤਾ ਜਾ ਰਿਹਾ ਜਾ ਸਕਦਾ ਹੈ। ਇਹ ਚੀਜ਼ ਜਿਹੜੀ ਲਾਜ਼ਮੀ ਹੈ ਕਿ ਕਰਪਸ਼ਨ ਤੋਂ ਇਹਨੂੰ ਦੂਰ ਰੱਖਿਆ ਜਾਵੇ, ਸਿਰਫ ਇੱਕ ਡੈਡੀਕੇਸ਼ਨ ਨਾਲ, ਇੱਕ ਆਪਣੀ ਡਿਊਟੀ ਜਿਸ ਤਰ੍ਹਾਂ ਪਹਿਲਾਂ ਕੀਤੀ ਗਈ ਸੀ ਉਸੇ ਤਰੀਕੇ ਨਾਲ ਕੀਤੀ ਜਾਵੇ ਤਾਂ ਛੇਤੀ ਪ੍ਰਸ਼ਾਸਨ ਕਾਬੂ ਪਾ ਸਕਦਾ ਹੈ। ਉੱਪਰਲੇ ਅਫਸਰ ਜਾਂ ਗਵਰਨਮੈਂਟ ਜਿਹੜੇ ਆਰਡਰ ਕੱਢ ਦਿੰਦੀ ਹੈ ਇੰਪਲੀਮੈਂਟ ਕਰਨ ਨਾਲ, ਹੇਠਾਂ ਤੱਕ ਜਿਹੜਾ ਉਹ ਇੰਪਲੀਮੈਂਟ ਕਰਨ ਲੱਗਿਆ, ਜੇ ਸਾਡੇ ਦਿਮਾਗ ਦੇ ਵਿੱਚ ਕਰਪਸ਼ਨ ਹੈ ਕਿ ਅਸੀਂ ਇਸ ਤੋਂ ਜੇਬਾਂ ਗਰਮ ਕਰਨੀ, ਇਸ ਤੋਂ ਪੈਸੇ ਬਣਾਉਣੇ ਹੈ, ਤਾਂ ਫਿਰ ਤਾਂ ਰੱਬ ਹੀ ਰੱਖ। ਜੀ ਰਾਜੇਸ਼ ਜੀ, ਆਪਣੇ ਇੱਕ ਹੋਰ ਕਾਲਰ ਜੁੜੇ ਨੇ। ਜੀ ਸਰ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ, ਮੈਂ ਬੋਲ ਸਕਦਾ ਜੀ? ਜੀ ਬਿਲਕੁਲ ਜੀ ਸਰ, ਤੁਸੀਂ ਗੱਲ ਕਰ ਸਕਦੇ ਹੋ ਜੀ। ਮੁੱਦਾ ਤੁਹਾਨੂੰ ਪਤਾ ਹੀ ਹੈ ਕੀ ਚੱਲ ਰਿਹਾ। ਹਾਂਜੀ ਹਾਂਜੀ, ਮੁੱਦਾ ਸਰ ਮੈਂ ਤਾਂ ਇਹੀ ਗੱਲ ਕਰਨੀ ਜੀ ਆਪਣੇ ਕਰੋਨਾ ਦੇ, ਤੁਹਾਡੇ ਮੈਂ ਹੁਣੇ ਮੈਂ ਦੇਖ ਰਿਹਾ ਸੀਗਾ ਇੰਡੀਆ ਦੇ ਵਿੱਚ ਟੀਕਾ, 3 ਜਗ੍ਹਾ ਤੁਸੀਂ ਦਿਖਾ ਰਿਹਾ ਟੀਕਾ, ਇੰਡੀਆ ਦੇ ਇੱਕ ਡਾਕਟਰ ਆ ਰਿਹਾ ਤੇ ਨਾਲ 15-15 ਬੰਦੇ ਖੜੇ ਆ, ਉਹ ਕੀ ਕਰਦੇ ਆ? ਇਹ ਫੋਟੋ ਖਿਚਾਉਣ ਆਏ ਆ? ਇਹਨਾਂ ਨੂੰ ਪੁੱਛੋ ਜਰਾ ਥੋੜਾ ਜਿਹਾ ਨਾ ਜੀ। ਠੀਕ ਹੈ ਜੀ, ਪੁੱਛਦੇ
ਇਹਨਾਂ ਦੇ ਕੁਐਸਚਨ ਕਰੋ ਡਾਕਟਰ ਤੇ ਇੱਕ ਤਾਂ ਇੱਕ ਦੀ ਗੱਲ ਉਹਨਾਂ ਦੇ 15 ਤੁਸੀਂ ਖੜੇ ਆ ਉਹਦੇ ਕੋਲ ਉਹ ਵੀ ਕਰਦੇ ਆ ਫਿਰ ਦੂਜੇ ਡਰ ਹੋ ਜਾਂਦੇ ਆ ਉੱਥੇ ਵੀ ਇੱਕ ਹੀ ਡਾਕਟਰ ਟੀਕਾ ਲਾਉਣ ਡਿਆ ਤੇ ਉਹ ਆਪਣੀ ਫੋਟੋ ਖਿਚਾਉਣ ਡਿਆ ਆ ਬਿਲਕੁਲ ਜੀ वैक्सीन भी लग रही है 15-15 जने आके नाल फोटो सैशन जेड़ा चल रहा है ए की सिलसिला छिड़िया होया है क्यों नहीं रुकदा पिया ਬਿਲਕੁਲ ਜੀ ਮੇਰੀ ਅਜਿਹੀਆਂ ਕਈ ਰਿਪੋਰਟਸ ਆਉਂਦੀਆਂ ਰਹੀਆਂ ਨੇ ਪਹਿਲਾਂ ਵੀ ਔਰ ਕਈ ਲੋਕ ਸਸਪੈਂਡ ਵੀ ਹੋ ਚੁੱਕੇ ਨੇ ਇਹਨਾਂ ਚੀਜ਼ਾਂ ਦੇ ਤੇ ਜਿਹੜੀਆਂ ਨਾਫਰਮਾਨੀਆਂ ਕਰਕੇ ਉਹ ਹੋ ਚੁੱਕੇ ਨੇ ਐਕਸ਼ਨ ਪਰ ਫਿਰ ਵੀ ਲੋਕ ਜਿਹੜੇ ਨੇ ਆਵਾਜ਼ ਨਹੀਂ ਆਉਂਦੇ ਵਾਰ ਵਾਰ ਅਸੀਂ ਤਾਕੀਦ ਕਰਦੇ ਹਾਂ ਸਰਕਾਰਾਂ ਵੀ ਵਾਰ ਵਾਰ ਕਰਦੀਆਂ ਨੇ ਪ੍ਰਸ਼ਾਸਨ ਵੀ ਵਾਰ ਵਾਰ ਕਹਿੰਦੇ ਨੇ ਕਹਿੰਦੇ ਚਲੋ ਜੀ 128 ਚਲੋ ਲੋਕ ਤਾਂ ਲੋਕ ਹੈ ਰਾਜੇਸ਼ੀ ਲੋਕ ਤਾਂ ਚਲੋ ਲੋਕ ਹੈ ਮੰਨ ਲਓ ਪੋਲੀਟੀਸ਼ੀਅਨ ਹੈਗੇ ਨੇ ਜਿਹੜੇ ਫੋਟੋਆਂ ਕਰਾ ਰਹੇ ਨੇ ਜਾਂ ਫਿਰ ਉਹੀ ਲੋਕ ਵੈਕਸੀਨ ਕਰਾਉਣ ਆਏ ਤਾਂ 15 ਜਣੇ ਨਾਲ ਆ ਕੇ ਫੋਟੋ ਕਰਾ ਗਏ ਚਾਹੇ ਜਿਹੜੇ ਵੀ ਲੋਕ ਨੇ ਜਦੋਂ ਵੈਕਸੀਨ ਜਿੱਥੇ ਲੱਗਦੀ ਪਈ ਹੈ ਵੈਕਸੀਨ ਸੈਂਟਰ ਚਾਹੇ ਉਹ ਪ੍ਰਾਈਵੇਟ ਕਲੀਨਿਕ ਹੈ ਹਸਪੀਟਲ ਹੈ ਜਾਂ ਸਰਕਾਰੀ ਹਸਪੀਟਲ ਹੈ ਤਾਂ ਕੀ ਹਸਪੀਟਲ ਦੇ ਵਿੱਚ ਇੰਨੇ ਇੰਨੇ ਜਣਿਆਂ ਨੂੰ ਐਂਟਰੀ ਦਿੱਤੀ ਜਾ ਰਹੀ ਹੈ ਕਿਉਂਕਿ ਹਸਪੀਟਲ ਦੀ ਕੰਡੀਸ਼ਨਸ ਤਾਂ ਅਸੀਂ ਸਾਰੇ ਜਾਣਦੇ ਹਾਂ ਉੱਥੇ ਤਾਂ ਆਲਰੇਡੀ ਇੰਨੇ ਮਰੀਜ਼ ਕੋਰੋਨਾ ਦੇ ਭਰੇ ਪਏ ਨੇ ਤਾਂ ਉਧਰੋਂ ਬਾਹਰੋਂ 15-15 ਜਣੇ ਆ ਕੇ ਫੋਟੋਆਂ ਕਰਾ ਰਹੇ ਨੇ ਇਹ ਕੋਈ ਉੱਥੇ ਇਦਾਂ ਦੀ ਰੋਕ ਟੋਕ ਵਾਲਿਆ ਸਿਲਸਿਲਾ ਹੈ ਨਹੀਂ ਦੇਖੋ ਇਹ ਤੇ ਇਹਨਾਂ ਨੇ ਗੱਲ ਕੀਤੀ ਤਸਵੀਰਾਂ ਵੇਖ ਕੇ ਇਹਨਾਂ ਨੇ ਗੱਲ ਕੀਤੀ ਕਿ ਇਹ ਢੰਗ ਨਾਲ ਹੋ ਰਿਹਾ ਹੈ ਮਾੜੀ ਗੱਲ ਹੈ ਪੁਆਇੰਟ ਆਊਟ ਕੀਤਾ ਚੰਗੀ ਗੱਲ ਹੈ ਔਰ ਇਹ ਚੀਜ਼ ਸਾਰਿਆਂ ਨੂੰ ਸੋਚਣੀ ਵੀ ਚਾਹੀਦੀ ਹੈ ਕਿ ਨਾਲ ਫੋਟੋਆਂ ਲਾਉਣ ਦਾ ਤੁਹਾਡਾ ਕੀ ਮਤਲਬ ਹੈ ਹਨਾ ਤੁਸੀਂ ਬਿਮਾਰੀ ਲਵਾਉਣ ਆਏ ਹੋ ਲਵਾਉਣ ਆਏ ਇਹ ਚੀਜ਼ ਜਿਹੜੀ ਦੇਖਣੀ ਬਹੁਤ ਜ਼ਰੂਰੀ ਹੈ ਪਰ ਦੂਸਰੇ ਨੰਬਰ ਤੇ ਇਹ ਹੈ ਦੇਖੋ ਹਸਪੀਟਲਸ ਦੇ ਵਿੱਚ ਇਸ ਵੇਲੇ ਕੀ ਹੋ ਰਿਹਾ ਹੁਣ ਅਜਿਹੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਸੱਚ ਹੈ ਜਿਹੜੀਆਂ ਤਸਵੀਰਾਂ ਸਾਹਮਣੇ ਆਈਆਂ ਇਹ ਚੀਜ਼ਾਂ ਸਾਹਮਣੇ ਆਈਆਂ ਕਿ ਇੱਕ ਡੈਡ ਬੋਡੀ ਹੈ ਜਿਹੜੀ ਉਹ ਹੈਂਡਓਵਰ ਕੀਤੀ ਜਾ ਰਹੀ ਹੈ ਤੂੰ ਆਟੋ ਰਿਕਸ਼ਾ ਚ ਰੱਖ ਕੇ ਲੈ ਜਾ ਇੱਕ ਡੈਡ ਬੋਡੀ ਹੈਂਡਓਵਰ ਕੀਤੀ ਜਾ ਰਹੀ ਹੈ ਕਿ ਤੂੰ ਉਹ ਆਪਣੇ ਰੇੜੇ ਤੇ ਰੱਖ ਕੇ ਲੈ ਜਾ ਅਜਿਹੀਆਂ ਚੀਜ਼ਾਂ ਉਹਦੇ ਨਾਲ ਹੁਣ ਜਿਹੜੀਆਂ ਹੁਣ ਹਾਲ ਦੀ ਘੜੀ ਜਿਹੜੀਆਂ ਡੈਡ ਬੋਡੀਜ਼ ਜਾ ਰਹੀਆਂ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਸ਼ਿਫਟ ਕਰ ਰਹੀਆਂ ਉਹ ਨਾ ਉਹ ਡਾਕਟਰਸ ਜਿਹੜੇ ਹੈਲਪਰਸ ਨੇ ਜਿਨ੍ਹਾਂ ਨੇ ਉਹਨੂੰ ਡੈਡ ਬੋਡੀ ਸ਼ਿਫਟ ਕਰਨਾ ਨਾ ਉਹਨਾਂ ਕੋਲ ਪ੍ਰੋਪਰ ਕਿਟਸ ਨੇ ਨਾ ਡੈਡ ਬੋਡੀ ਨੂੰ ਪ੍ਰੋਪਰ ਰੈਪ ਕੀਤਾ ਹੋਇਆ ਉਹ ਇਹ ਕੀ ਚੀਜ਼ਾਂ ਨੇ ਇਹ ਲਾਪਰਵਾਹੀਆਂ ਨੇ ਬਹੁਤ ਵੱਡੀਆਂ ਲਾਪਰਵਾਹੀਆਂ ਨੇ ਬਿਲਕੁਲ ਲੁਧਿਆਣੇ ਦੀ ਅਸੀਂ ਖੁਦ ਵੀਡੀਓ ਦੇਖ ਚੁੱਕੇ ਆ ਕਿ ਆਟੋ ਦੇ ਵਿੱਚ ਕਰੋਨਾ ਦੇ ਕਿਸੇ ਮਰੀਜ਼ ਦੀ ਲਾਸ਼ ਉਹਦੇ ਫੈਮਿਲੀ ਵਾਲੇ ਲੈ ਕੇ ਆ ਰਹੇ ਨੇ ਆਟੋ ਦੇ ਵਿੱਚ ਰੱਖ ਕੇ ਇਹ ਬਹੁਤ ਵੱਡੀਆਂ ਅੰਗੇਲੀਆਂ ਨੇ ਔਰ ਇਹਦੇ ਨਾਲ ਤਾਂ ਇੱਕ ਜਿਹੜਾ ਕੰਟੇਜੀਅਸ ਹੈ ਇੱਕ ਕੰਟੇਜੀਅਸ ਡਿਜ਼ੀਜ਼ ਹੈ ਔਰ ਹੁਣ ਇਹ ਜਿਹੜਾ ਨਵਾਂ ਵੇਰੀਐਂਟ ਹੈ ਇਹ ਤੇ ਇਹ ਇਸ ਸਟ੍ਰੇਨ ਤੇ ਫੈਲਦਾ ਬਹੁਤ ਤੇਜ਼ੀ ਨਾਲ ਬਹੁਤ ਸਪੀਡ ਦੇ ਵਿੱਚ ਸਾਰੇ ਮਾਹਰ ਦੱਸਦੇ ਨੇ ਔਰ ਹੋ ਵੀ ਰਿਹਾ ਉਹ ਕੁਝ ਹੋ ਰਿਹਾ ਪਰ ਉਸ ਦੇ ਬਾਵਜੂਦ ਜੇ ਡਾਕਟਰ ਜੀ ਅਜਿਹੀਆਂ ਅੰਗੇਲੀਆਂ ਕਰਨਗੇ ਤਾਂ ਫਿਰ ਤਾਂ ਰੱਬ ਹੀ ਰਾਖਾ ਫਿਰ ਤਾਂ ਇਹ ਹੈ ਕਿ ਲੋਕਾਂ ਨੂੰ ਜਿਹੜੇ ਲੋਕ ਇਸੇ ਕਰਕੇ ਹਸਪਤਾਲ ਤੋਂ ਵੀ ਜਾਣਾ ਡਰ ਰਹੇ ਨੇ ਇਹ ਵੀ ਇੱਕ ਵੱਖਰਾ ਮੁੱਦਾ ਹੈ ਲੋਕ ਹਸਪਤਾਲ ਤੋਂ ਜਾਣ ਤੋਂ ਡਰ ਰਹੇ ਨੇ ਕਿ ਜਿਸ ਢੰਗ ਦੀਆਂ ਲਾਪਰਵਾਹੀਆਂ ਸਾਹਮਣੇ ਆ ਰਹੀਆਂ ਨੇ ਇੱਥੋਂ ਤੱਕ ਲੋਕਾਂ ਦੇ ਮਨ ਦੇ ਵਿੱਚ ਡਰ ਬੈ ਗਿਆ ਕਿ ਤੁਸੀਂ ਜਾਓਗੇ ਤਾਂ ਮੁੱਦਾ ਹੀ ਵਾਪਸ ਆਓਗੇ ਫਿਰ ਅਜਿਹੀਆਂ ਚੀਜ਼ਾਂ ਜਿਹੜੀਆਂ ਵਾ ਆਮ ਧਾਰਨਾਵਾਂ ਕਿਉਂ ਬਣਦੀਆਂ ਨੇ ਉਹ ਜਦੋਂ ਅਜਿਹੀਆਂ ਲਾਪਰਵਾਹੀਆਂ ਸਾਹਮਣੇ ਆਉਂਦੀਆਂ ਨੇ ਉਦੋਂ ਇਸੇ ਕਰਕੇ ਤਾਲੀ ਦੋ ਹੱਥਾਂ ਨਾਲ ਵੱਜਦੀ ਹੈ ਪਬਲਿਕ ਨੂੰ ਵੀ ਅੱਗੇ ਆਉਣਾ ਪਏਗਾ ਔਰ ਡਾਕਟਰਸ ਨੂੰ ਵੀ ਜਾਂ ਜਿਹੜੇ ਹੈਲਥ ਵਰਕਰਸ ਨੇ ਉਹਨਾਂ ਨੂੰ ਵੀ ਸਹੀ ਢੰਗ ਨਾਲ ਹਰ ਇੱਕ ਨੂੰ ਆਪਣੀ ਡਿਊਟੀ ਨਿਭਾਉਣੀ ਪਵੇਗੀ ਦੇਖੋ ਪਿਛਲੀ ਵੇਵ ਦੇ ਵਿੱਚ ਡਿਊਟੀ ਦੇਖਣ ਨੂੰ ਮਿਲੀ ਹੈ ਔਰ ਸਾਰਿਆਂ ਨੇ ਉਸਦੀ ਤਾਰੀਫ ਕੀਤੀ ਹੈ ਕਿ ਹਰ ਇੱਕ ਨੇ ਤਨਦੇਹੀ ਨਾਲ ਆਪਣੀ ਡਿਊਟੀ ਨਿਭਾਈ ਪਰ ਇਸ ਵੇਲੇ ਉਹ ਐਬਸੈਂਟ ਹੈ ਇਸ ਵੇਲੇ ਉਹ ਚੀਜ਼ਾਂ ਨਹੀਂ ਹੈਗੀਆਂ ਤੁਸੀਂ ਦੇਖਦੇ ਸੀ ਦੁਕਾਨਾਂ ਦੇ ਬਾਹਰ ਤੁਸੀਂ ਅਸੀਂ ਦੇਖਦੇ ਹਾਂ ਕਿ ਉਹ ਨਿਸ਼ਾਨ ਲਗਾਏ ਹੁੰਦੇ ਸੀਗੇ ਔਰ ਜਿੱਥੇ ਸੋਸ਼ਲ ਡਿਸਟੈਂਸ ਨਾਲ ਖੜੇ ਹੋਣਾ ਦੁਕਾਨਾਂ ਦੇ ਅੱਗੇ ਕਿਸੇ ਨੇ ਸ਼ੀਸ਼ਾ ਲਾਇਆ ਕਿਸੇ ਨੇ ਅੱਗੇ ਆਪਣੀ ਤਰ੍ਹਾਂ ਦੀ ਬੈਰੀਕੇਡਿੰਗ ਕੀਤੀ ਹੈ ਕਿ ਇੱਕ ਡਿਸਟੈਂਸ ਬਣਿਆ ਰਹੇ ਔਰ ਕੋਸ਼ਿਸ਼ ਕੀਤੀ ਜਾਂਦੀ ਸੀ ਕਿ ਵੱਧ ਤੋਂ ਵੱਧ ਸੋਸ਼ਲ ਡਿਸਟੈਂਸ ਬਣਾਇਆ ਜਾਏ ਹਰ ਜੇਬ ਦੇ ਵਿੱਚ ਸੈਨੇਟਾਈਜ਼ਰ ਨਜ਼ਰ ਆਉਂਦਾ ਸੀਗਾ ਗਲਵਸ ਪਾਏ ਜਾਂਦੇ ਸੀ ਮਾਸਕ ਪਾਏ ਜਾਂਦੇ ਸੀ ਸਾਰੀਆਂ ਚੀਜ਼ਾਂ ਜਿਹੜੀਆਂ ਦੇਖਣ ਨੂੰ ਮਿਲੀਆਂ ਸੀਗੀਆਂ ਪਰ ਹੁਣ ਉਹ ਕਿਤੇ ਵੀ ਨਹੀਂ ਹੁਣ ਬਹੁਤ ਘੱਟ ਨੇ ਬਹੁਤ ਨਦਾਰਦ ਨੇ ਇਹ ਚੀਜ਼ਾਂ ਜੇ ਇਹ ਚੀਜ਼ਾਂ ਜਦੋਂ ਗਵਰਨਮੈਂਟ ਕਹਿੰਦੀ ਰਹੀ ਕਿ ਆ ਸੈਕੰਡ ਵੇਵ ਸ਼ੁਰੂ ਹੋ ਗਈ ਹੈ ਔਰ ਉਦੋਂ ਜੇ ਸਾਰੇ ਪ੍ਰਿਕਾਸ਼ਨ ਇੱਕ ਵਾਰੀ ਲੈ ਲੈਂਦੇ ਤਾਂ ਅੱਜ ਇਸ ਔਰ ਦੇਖੋ ਹੁਣ ਪਲੱਸ ਪੁਆਇੰਟ ਇਹ ਸੀ ਇਸ ਵਾਰੀ ਕਿ ਇਸ ਦੇ ਨਾਲ ਨਾਲ ਵੈਕਸੀਨੇਸ਼ਨ ਵੀ ਆ ਚੁੱਕੀ ਜੇ ਤੁਹਾਨੂੰ ਪ੍ਰਿਕਾਸ਼ਨ ਦੱਸਿਆ ਗਿਆ ਤੇ ਨਾਲ ਦੇ ਨਾਲ ਤੁਹਾਡੇ ਕੋਲ ਵੈਕਸੀਨੇਸ਼ਨ ਵੀ ਹੈ ਜਿਹੜੀ ਕਿ ਪ੍ਰਿਕਾਸ਼ਨ ਦਾ ਪਿਓਰ ਹੈ ਉਹ ਤੁਸੀਂ ਉਹਨੂੰ ਵੀ ਅਡਾਪਟ ਨਹੀਂ ਕੀਤਾ ਤਾਂ ਫਿਰ ਕੀ ਕਰਨਾ ਦੂਸਰੇ ਨੰਬਰ ਤੇ ਇੱਥੇ ਸਰਕਾਰ ਦੀਆਂ ਵੀ ਗਲਤੀਆਂ ਰਹੀਆਂ
सरकार ने जिहड़े रैलियां जिहड़े इलैक्शन हुण तक चली जा रहे ने ਉਹ ਆਫਟਰ ਆਲ ਉਹ ਚੀਜ਼ਾਂ ਜਿਹੜੀਆਂ ਨੇ ਮਾਸ ਗੈਦਰਿੰਗ ਤੋਂ ਸਪਰੈਡ ਹੁੰਦੀ ਹੈ ਨਾ ਜਦੋਂ ਸੋਸ਼ਲ ਡਿਸਟੈਂਸਿੰਗ ਬਿਲਕੁਲ ਖਤਮ ਹੋ ਗਈ ਉੱਥੇ ਤੁਸੀਂ ਭੀੜ ਵਧਾਤੀ ਕੁੰਭ ਦਾ ਮੇਲਾ ਚੱਲਿਆ ਉਦੋਂ ਜਾ ਕੇ ਬੰਦ ਕੀਤਾ ਜਦੋਂ ਸਾਰਾ ਕੁਝ ਹੋ ਗਿਆ ਹਨਾ ਇਹ ਸਾਰੀਆਂ ਤਮਾਮ ਚੀਜ਼ਾਂ ਜਿਹੜੀਆਂ ਸੀਗੀਆਂ ਸਰਕਾਰ ਇੱਕ ਪਾਸੇ ਦਾ ਲੋਕਾਂ ਨੂੰ ਕਹਿੰਦੀ ਰਹੀ ਇਹ ਲੋਕੀ ਜਿਹੜੇ ਲੋਕਾਂ ਨੇ ਜਿਹੜਾ ਅਵੇਸਲਾਪਨ ਦਿਖਾਇਆ ਉਹ ਇਹ ਵੀ ਇੱਕ ਵੱਡਾ ਕਾਰਨ ਹੈ ਵੀ ਲੋਕਾਂ ਨੂੰ ਕਹਿੰਦੇ ਰਹੇ ਪ੍ਰਿਕਾਸ਼ਨ ਲਓ ਇੱਥੇ ਇੰਨੇ ਕੇਸ ਹੋ ਗਏ ਇੱਥੇ ਇੰਨੇ ਮਰ ਗਏ ਇੱਥੇ ਸਾਰੇ ਡਰਾਉਂਦੇ ਵੀ ਰਹੇ ਨਾਲ ਦੀ ਨਾਲ ਤੇ ਨਾਲ ਦੀ ਨਾਲ ਉੱਧਰ ਆਪਣੀਆਂ ਮੋਦੀ ਸਾਹਿਬ ਖੁਦ ਰੈਲੀਆਂ ਨੂੰ ਸੰਬੋਧਨ ਕਰਨ ਜਾਂਦੇ ਨੇ ਖੁਦ ਹੁਣ ਵਿਦੇਸ਼ੀ ਮੀਡੀਆ ਦੇ ਵਿੱਚ ਇਸ ਚੀਜ਼ ਦੀ ਜਿਹੜੀ ਬੜੀ ਚਰਚਾ ਹੋਈ ਕਿ ਜਿਹੜਾ ਕਮਜ਼ੋਰੀ ਸਾਹਮਣੇ ਆਈ ਭਾਰਤ ਸਰਕਾਰ ਦੀ ਕਿ ਇਸ ਵੇਵ ਦੇ ਵਿੱਚ ਜਿੱਥੇ ਪਿਛਲੀ ਵੇਵ ਦੇ ਵਿੱਚ ਤਾਰੀਫਾਂ ਹੁੰਦੀਆਂ ਸੀਗੀਆਂ ਭਾਰਤ ਸਰਕਾਰ ਦੀਆਂ ਕਿ ਭਾਰਤ ਨੇ ਇਹਨੂੰ ਚੰਗੇ ਤਰੀਕੇ ਨਾਲ ਨਜਿੱਠਿਆ ਪਰ ਹੁਣ ਇਸ ਵਾਰੀ ਜਿਹੜੀ ਆ ਉਹ ਇੱਕ ਤਰ੍ਹਾਂ ਦੀ ਬੇਇੱਜ਼ਤੀ ਹੋ ਰਹੀ ਹੈ ਮੈਂ ਕਹਾਂਗਾ ਕਿ ਕਿਸ ਢੰਗ ਨਾਲ ਇਹਨੂੰ ਨਜਿੱਠਿਆ ਗਿਆ ਹੈ ਇੱਕ ਪਾਸੇ ਸਰਕਾਰ ਕੀ ਕਰ ਰਹੀ ਹੈ ਦੂਜੇ ਪਾਸੇ ਜਿਹੜੇ ਭਾਸ਼ਣ ਕੀ ਦਿੱਤੇ ਜਾ ਰਹੇ ਨੇ ਲੈਕਚਰ ਕੀ ਦਿੱਤੇ ਜਾ ਰਹੇ ਨੇ ਲੋਕਾਂ ਨੂੰ ਸਮਝਾਇਆ ਕਿ ਜਾਇਆ ਜਾ ਰਿਹਾ ਇਹ ਦੋਵੇਂ ਪਾਸੋਂ ਜਿਹੜੀ ਹੈ ਅਣਗਹਿਲੀ ਹੋਈ ਹੈ ਦੋਵੇਂ ਪਾਸੋਂ ਗਲਤੀਆਂ ਹੋਈਆਂ ਨੇ ਔਰ ਉਹ ਗਲਤੀਆਂ ਅਣਗਹਿਲੀਆਂ ਅਜੇ ਤੱਕ ਵੀ ਜਾਰੀ ਹੈ ਅਜੇ ਤੱਕ ਵੀ ਨਾ ਅਸੀਂ ਪੂਰਾ ਸਿੱਖਿਆ ਨਾ ਸਰਕਾਰ ਜਿਹੜੀ ਉਸ ਢੰਗ ਨਾਲ ਲਾਗੂ ਕਰ ਪਾਈ ਹੈ ਇਹ ਕਮੀਆਂ ਇਹ ਪ੍ਰੋਬਲਮਸ ਇਹ ਜਿਹੜੀਆਂ ਅਣਗਹਿਲੀਆਂ ਨੇ ਇਹ ਆਮ ਲੋਕਾਂ ਵਾਸਤੇ ਜਾਨਲੇਵਾ ਬਣਦੀਆਂ ਨੇ ਔਰ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਭਿਆਨਕ ਰੂਪ ਇਖਤਿਆਰ ਕਰ ਸਕਦੀਆਂ ਨੇ ਇਸ ਬਾਰੇ ਸਾਨੂੰ ਸਾਰਿਆਂ ਨੂੰ ਸੋਚਣਾ ਰਾਜੀ ਜੀ ਆਂਕੜੇ ਹੈ ਕਿ ਹੈ ਓਵਰਆਲ ਹੁਣ ਤੱਕ ਜਿਹੜੇ ਨੇ ਕਿੰਨੇ ਕੇਸਿਸ ਸਾਹਮਣੇ ਆ ਚੁੱਕੇ ਨੇ ਪੂਰੇ ਭਾਰਤ ਦੀ ਜੇ ਗੱਲ ਕਰੀਏ ਤਾਂ ਓਵਰਆਲ ਕਿੰਨੇ ਮਾਮਲੇ ਔਰ ਕਿੰਨੀਆਂ ਡੈਥ ਸਾਹਮਣੇ ਆ ਰਹੀਆਂ ਨੇ ਕਿਉਂਕਿ ਆਂਕੜੇ ਵੀ ਅਲੱਗ ਅਲੱਗ ਨੇ ਕੁਝ ਸਮਝ ਨਹੀਂ ਆ ਰਹੇ ਦੇਖੋ ਆਂਕੜੇ ਅਲੱਗ ਅਲੱਗ ਹੋਣਗੇ ਕਿਉਂਕਿ ਜਿਹੜੇ ਅਪਲੋਡ ਕੀਤੇ ਜਾ ਰਹੇ ਨੇ ਆਂਕੜੇ ਉਹ ਵੱਖ ਵੱਖ ਏਜੰਸੀਆਂ ਵੱਲੋਂ ਜਿਹੜੇ ਆ ਅਪਲੋਡ ਕੀਤੇ ਜਾ ਰਹੇ ਨੇ ਔਰ ਹਰ ਇੱਕ ਕੋ ਚਾਹੀਦਾ ਕਿ ਜਿਹੜੀ ਇੱਕ ਵੈਬਸਾਈਟ ਹੈ ਭਾਰਤ ਦੀ ਜਿਸ ਦੇ ਬਾਰੇ ਵਾਰ ਵਾਰ ਕਿਹਾ ਜਾਂਦਾ ਹੈ ਕਿ ਇਸ ਨੂੰ ਹਰ ਕੋਈ ਆਪਣੇ ਮੋਬਾਈਲ ਦੇ ਵਿੱਚ ਪਾ ਕੇ ਰੱਖੇ ਉਸ ਐਪ ਨੂੰ ਉਸ ਦੇ ਉੱਤੇ ਹਰ ਚੀਜ਼ ਜਿਹੜੀ ਹੈ ਨਾਲ ਦੀ ਨਾਲ ਅਪਡੇਟ ਹੁੰਦੀ ਹੈ ਤਾਂ ਕਈ ਸਾਵਧਾਨੀਆਂ ਵੀ ਦੱਸੀਆਂ ਜਾਂਦੀਆਂ ਉਹਦੇ ਵਿੱਚ ਕਿ ਆਹ ਜਿਹੜੀਆਂ ਤੁਸੀਂ ਸਾਵਧਾਨੀਆਂ ਵਰਤਣੀਆਂ ਹੈ ਪਰ ਤੁਸੀਂ ਇਹ ਦੇਖੋ ਕੌਣ ਕਰਕੇ ਦੇਖ ਲਓ ਕਿ ਕਿੰਨੇ ਲੋਕਾਂ ਨੇ ਉਸ ਕੋਵਾ ਐਪ ਨੂੰ ਆਪਣੇ ਮੋਬਾਈਲ ਦੇ ਵਿੱਚ ਡਾਊਨਲੋਡ ਕੀਤਾ ਹੋਇਆ ਹੈ ਔਰ ਜਦੋਂ ਕੀਤਾ ਸੀ ਲੋਕੀ ਕੀ ਕਰਦੇ ਸੀਗੇ ਕਿ ਜਦੋਂ ਏਅਰਪੋਰਟ ਤੇ ਜਾਣਾ ਸੀ ਚੈੱਕ ਕੀਤਾ ਜਾਂਦਾ ਸੀ ਕਿ ਕੋਵਾ ਐਪ ਨੂੰ ਚੈੱਕ ਕਰਦੇ ਸੀ ਕਿ ਕੋਵਾ ਐਪ ਡਾਊਨਲੋਡ ਕੀਤੀ ਹੋਈ ਹੈ ਉਹਨੇ ਕੋਵਾ ਐਪ ਡਾਊਨਲੋਡ ਕਰਕੇ ਏਅਰਪੋਰਟ ਤੇ ਚਲ ਜਾਂਦੇ ਸੀ ਜਾ ਕੇ ਦਿਖਾਉਂਦੇ ਸੀ ਕਿ ਜੀ ਕੋਵਾ ਐਪ ਡਾਊਨਲੋਡ ਕੀਤੀ ਹੋਈ ਹੈ ਔਰ ਜਦੋਂ ਅੰਦਰ ਵੜ ਜਾਂਦੇ ਤੇ ਨਾਲ ਹੀ ਉਹਨੂੰ ਡਿਲੀਟ ਕਰ ਦਿੰਦੇ ਸੀ ਇਹ ਸਥਿਤੀ ਜਿਹੜੀ ਹੈ ਬਣੀ ਰਹੀ ਹੈ ਉਹ ਲੋਕੀ ਜਿਹੜੇ ਆਂਕੜਿਆਂ ਤੋਂ ਵੀ ਅਪਡੇਟ ਰਹਿਣਗੇ ਲੋਕ ਪ੍ਰਿਕਾਸ਼ਨਸ ਵੀ ਜਿਹੜੇ ਦੇਖਦੇ ਰਹਿਣਗੇ ਔਰ ਉਸ ਦੇ ਵਿੱਚ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਨੇ ਜਿਸ ਦੇ ਵਿੱਚ ਜੇ ਤੁਸੀਂ ਆਪਣਾ ਆਪਣੀ ਜਿਹੜੀ ਪੋਜੀਸ਼ਨ ਹੈ ਆਪਣਾ ਜੋ ਸਿਹਤ ਦਾ ਜੋ ਤੁਹਾਡੀ ਬਾਡੀ ਰਿਸਪੌਂਡ ਕਰ ਰਹੀ ਹੈ ਤੁਹਾਨੂੰ ਉਹ ਚੀਜ਼ਾਂ ਜੇ ਤੁਸੀਂ ਭਰੋਗੇ ਉਹ ਗਾਈਡ ਕਰਨਗੇ ਪ੍ਰੋਪਰ ਕਿ ਤੁਸੀਂ ਹੁਣ ਆਹ ਚੀਜ਼ਾਂ ਕਰੋ ਤਾਂ ਜਾਂ ਇੱਕ ਸਮਾਂ ਵੀ ਦੱਸ ਦੇਣਗੇ ਕਿ ਤੁਸੀਂ ਹੁਣ ਆਪਣੇ ਆਪ ਨੂੰ ਆਈਸੋਲੇਟ ਕਰ ਲਓ ਤੁਸੀਂ ਡਾਕਟਰ ਕੋ ਜਾਓ ਇਹ ਜਿਹੜੀ ਐਪ ਜਿਹੜੀ ਸਾਰਾ ਕੁਝ ਦੱਸਦੀ ਹੈ ਪਰ ਉਸ ਦੇ ਬਾਵਜੂਦ ਵੀ ਅਸੀਂ ਪਰਵਾਹ ਨਹੀਂ ਕਰਦੇ ਪਰਵਾਹ ਇੱਥੋਂ ਤੱਕ ਕਿ ਤੁਸੀਂ ਹੁਣ ਅਸੀਂ ਹਰ ਥਾਂ ਤੇ ਮੂਵ ਕਰਦੇ ਹਾਂ ਹਰ ਥਾਂ ਤੇ ਅਸੀਂ ਜਾਂਦੇ ਹਾਂ ਜਾ ਕੇ ਜਦੋਂ ਕਿਸੇ ਨੂੰ ਕਹਿ ਦਿੰਦੇ ਆ ਨਾ ਕਿ ਯਾਰ ਤੂੰ ਮਾਸਕ ਨਹੀਂ ਪਾਇਆ ਮਾਸਕ ਪਾ ਲਾ ਉਹ ਅੱਗੋਂ ਮਜ਼ਾਕ ਉਡਾਉਣਾ ਸ਼ੁਰੂ ਕਰ ਦਿੰਦੇ ਆ ਜਿਸ ਬੰਦੇ ਨੇ ਮਜ਼ਾਕ ਪਾਇਆ ਮਾਸਕ ਪਾਇਆ ਉਹਦਾ ਮਜ਼ਾਕ ਬਣਨਾ ਸ਼ੁਰੂ ਹੋ ਜਾਂਦਾ ਇਹ ਜਿਹੜੀ ਸਥਿਤੀ ਹੈ ਉਹ ਅੱਜ ਦੀ ਦੌਰ ਦੇ ਵਿੱਚ ਵੇਖਣ ਨੂੰ ਮਿਲਦੀ ਹੈ ਪਰ ਪਤਾ ਉਦੋਂ ਲੱਗਦਾ ਜਦੋਂ ਉਹਦੇ ਘਰ ਦੇ ਵਿੱਚ ਇਹ ਮੁਸੀਬਤ ਪੈਂਦੀ ਹੈ ਜਾਂ ਹੁਣ ਅੱਜ ਰੋਜ਼ ਦੇ 10-12 ਫੋਨ ਸਾਨੂੰ ਆ ਜਾਂਦੇ ਨੇ ਕਿ ਸਾਨੂੰ ਆਕਸੀਜਨ ਦਾ ਇੰਤਜ਼ਾਮ ਕਰਕੇ ਦਿਓ ਇਹ ਹਾਲਾਤ ਬਣੇ ਪਏ ਨੇ ਤੇ ਬਾਕੀ ਥਾਵਾਂ ਤੇ ਹੁਣ ਮੈਂ ਅੰਮ੍ਰਿਤਸਰ ਦੀ ਜੇ ਗੱਲ ਕਰਾਂ ਸਿਰਫ ਅੰਮ੍ਰਿਤਸਰ ਦੀ ਅੰਮ੍ਰਿਤਸਰ ਦੇ ਵਿੱਚ 800 ਸਿਲੰਡਰ ਮੰਨ ਲਓ ਇੱਕ ਯੂਨਿਟ ਹੈ ਪੁੱਲਾਂ ਦੇ ਇੱਥੇ ਯੂਨਿਟ ਹੈਗਾ ਇੱਕ ਉਹ ਯੂਨਿਟ ਜਿਹੜਾ 800 ਸਿਲੰਡਰ ਪੈਦਾ ਕਰ ਰਿਹਾ ਰੋਜ਼ ਦੇ ਪਰ ਰਿਕੁਆਇਰਮੈਂਟ ਕਿੰਨੀ ਹੈ 4000 ਸਿਲੰਡਰਾਂ ਦੀ ਤੇ ਇੱਥੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਇਸ ਗੈਪ ਨੂੰ ਕਿਵੇਂ ਪੂਰਾ ਕੀਤਾ ਜਾ ਸਕਦਾ ਜੇ ਇੱਕ ਹਸਪਤਾਲ 25 ਸਿਲੰਡਰ ਲੈਣ ਜਾਂਦਾ ਤਾਂ ਉਹਨੂੰ 2 ਸਿਲੰਡਰ ਦਿੱਤੇ ਜਾਂਦੇ ਨੇ ਔਰ ਇੱਕ ਸਿਲੰਡਰ ਜਿਹੜਾ ਜਦੋਂ ਵੈਂਟੀਲੇਟਰ ਤੇ ਲਾ ਕੇ ਇੱਕ ਸਿਲੰਡਰ ਲਾਉਂਦੇ ਤੇ 20 ਮਿੰਟਾਂ ਦੇ ਵਿੱਚ ਖਤਮ ਹੋ ਜਾਂਦਾ ਤੁਸੀਂ ਇੱਥੋਂ ਦਾ ਲਵ ਕਿੰਨੀ ਖਤਰਨਾਕ ਸਥਿਤੀ ਹੈ ਜੀ ਇਸ ਸਥਿਤੀ ਦੇ ਵਿੱਚ ਅਜੇ ਵੀ ਅਸੀਂ ਕਹੀ ਜਾਈਏ ਕਿ ਨਹੀਂ ਜੀ ਕੁਝ ਨਹੀਂ ਹੈਗਾ ਜੀ ਕੁਝ ਨਹੀਂ ਕਰੋਨਾ ਨਹੀਂ ਹੈਗਾ ਜਾਂ ਕੁਝ ਅਜਾ ਮਜ਼ਾਕ ਉਡਾਇਆ ਜਾਏ ਤਾਂ ਮੇਰੇ ਖਿਆਲ ਚ ਫਿਰ ਮੌਤਾਂ ਦੇ ਅੰਬਾਰ ਲੱਗਣੇ ਤਾਂ ਸ਼ੁਰੂ ਹੋ ਗਏ ਨੇ ਸਥਿਤੀ ਜਿਹੜੀ ਆ ਉਹ ਸਾਹਮਣੇ ਨਜ਼ਰ ਆ ਹੀ ਰਹੀ ਹੈ ਪਰ ਉਸ ਦੇ ਨਾਲ ਨਾਲ ਹਾਲੇ ਵੀ
लोग समझ जानते हाले भी इस चीज तो बचा जा सके। बिल्कुल पंजाब दे विच हुण जिहड़े नवे नियम राजेश जी लागू किए गए ने जिहड़ा नाइट करफ्यू तो चलो है ही है, इस तों इलावा करफ्यू दे जिहड़े ने टाइम चेंज कर दिता भी 5 बजे तो बाद जिहड़ियां ने उह सारियां करियाने दीआं शॉप्स बंद रहणगीआं और उदां समान जिहड़ा लोकां तक जरूरत दा जरूर पहुँचाया जाएगा। इस तों इलावा जिहड़े की नियम सैट किए गए ने तो लगता भी इन नियम जिहड़े ने हुण किते ना किते कंट्रोल दे विच सिचुएशन नूं करन दे विच कामयाब हो पाउणगे? देखो ये जिहड़ा लॉकडाउन का जिहड़ा कंसैप्ट है ना वो लोगों वास्ते पिछली बार पिछली वेव दे विच बड़ा भारू पिया सी, हालांकि उसनू कंटेन कर लिया गया। हुण उस तो बाद कंसैप्ट आया कि कंटेनमेंट जोन बना दिए गए, सिर्फ उस एरिए दे विच लॉकडाउन ला दिता जाए या उस एरिए दे विच लोगों की मूवमेंट ब्लॉक कर दी जाए, अजिही स्थिति जिहड़ी है ये हुण इस्तेमाल की जा रही है। इस तों इलावा हुण 2 दिन का इन्होंने जिहड़ा वीकेंड करफ्यू लॉकडाउन नहीं करफ्यू जिहड़ा लगाया गया, लोगों नूं इस दे चीज़ दे विच वी कंफ्यूजन एक तरह दी कि लॉकडाउन है करफ्यू है इहदे विच की फर्क है। पहलों जिहड़ा करफ्यू शुरू हुंदा सी नाइट करफ्यू जिहनूं नरेंद्र मोदी ने कहा कि इहनूं कोरोना करफ्यू किया जाए, वह रात नूं 8 बजे शुरू हुंदा सी और सवेरे 5 बजे तक चलता, हुण उहदा समां कर दिता गया 6 बजे। 5 बजे लोकी अपने कामकार बंद कर देणगे, लोकी अपनियां दुकानां बंद कर देणगे और उस तों बाद 6 बजे तक वो अपने अपने जिथे जिथे पहुंचना है पहुंच जाएंगे। 6 बजे तो लैके सवेरे 5 बजे तक ये करफ्यू जारी रहेगा। हुण शुक्रवार को शामी 6 बजे करफ्यू जारी करफ्यू लगेगा तो वो शुक्रवार रात को शनिवार ऐतवार पूरा दिन जिहड़ा वा शनिवार ऐतवार जिहड़ा पूरा दिन वो मुकम्मल तौर पर जिहड़ा करफ्यू लगा रहेगा। 2 दिन वीकेंड जिहड़े ने करफ्यू लगा दिता गया है कि ये इस दौरान देखो करफ्यू ते लॉकडाउन दे विच हुण की फर्क है। लॉकडाउन दी स्थिति ये हुंदी है कि लॉकडाउन दे विच जिहड़ी चीज जिथे है वो स्टैंड स्टिल कर दित्ती जांदी है, पर इहदे विच जदों करफ्यू हुआ करफ्यू दे विच कुछ छूटां दित्तियां जांदियां ने कि तुसीं जिहड़ियां एसेंशियल कमोडिटीज है उहनां दी मूवमेंट दरवाजे जां करफ्यू पास जारी कर दित्ते जांदे ने या उहनां नूं इक थां तों दूजी थां ते पहुंचाउणा जरूरी है, लोकां नूं भुक्खे ते मारना नहीं। फिर इहदे विच इत्थों तक आ कि जिहड़ी जिहड़ी कोई कितें कंस्ट्रक्शन चल रही है ना जां जिथे कोई काम ऑलरेडी चल रहा सीगा उसनू कंटिन्यू रखा जा सकता है, बकायदा तौर ते प्रिकॉशंस लेंदे होए मास्क पा के जां सैनिटाइजर जिहड़ियां चीजां जिहड़ियां ऑलरेडी चल रही सी उहनां नू जारी रखा जा सकता। कई तरह दीआं मूवमेंट्स जिहड़ियां ने उह अलाउ कर दित्तियां जांदियां ने कि तुसीं आह मूवमेंट्स इहदे विच कर सकदे हो करफ्यू दे विच, पर जिहड़ा लॉकडाउन दी स्थिति जिहड़ी है उह असीं देखी है सारी उह थोड़ी ज्यादा सख्त रवैया जिहड़ा प्रशासन दा हुंदा है कि तुसीं आह मूवमेंट जिहड़ी है बिल्कुल ब्लॉक कर दित्ती जांदी है। सो जाहिर तौर ते 2 दिन का हजे लगाया गया है तो लोग हाले इस तो भी डर रहे ने, खास तौर पर कामकाज जिहड़े जिन्हां दे लोकां दे कामकाज ने, क्योंकि देखो जे किसी नूं 5 बजे अपनी दुकान बनाउणी पै जांदी है दुकान बंद करनी पै जांदी है तो उहदे वास्ते बड़ी मुश्किल दी घड़ी है कि उहने कमाउणा की है या की खाणा है ना। हालांकि इस दे विच इह जांच कीती गई है कि 9 बजे तक तुसीं डिलीवरी कर सकदे हो, कोई चीज है जिहड़ी है उह डिलीवरी वास्ते तुसीं मंगवा सकदे हो। ਇਹ ਸਿਰਫ ਉੱਥੇ ਡਾਈਨਿੰਗ ਨਹੀਂ ਹੋਏਗੀ, ਤੁਸੀਂ ਦੁਕਾਨ ਤੇ ਬੈਠ ਕੇ ਜਾਂ ਕਿਸੇ ਹੋਟਲ ਰੈਸਟੋਰੈਂਟ ਤੇ ਬੈਠ ਕੇ ਖਾ ਪੀ ਨਹੀਂ ਸਕਦੇ, ਤੁਸੀਂ ਡਿਲੀਵਰੀ ਲੈ ਸਕਦੇ ਹੋ, ਇਹ ਛੋਟ ਦਿੱਤੀ ਗਈ ਹੈ। ਤਮਾਮ ਇਹ ਚੀਜ਼ਾਂ ਦਾ ਮਤਲਬ ਇਹੀ ਹੈ ਕਿ ਕਿਸੇ ਤਰੀਕੇ ਨਾਲ ਇਹ ਜਿਹੜੀ ਚੇਨ ਹੈ ਲਗਾਤਾਰ ਵੱਧ ਰਹੀ ਹੈ ਉਸਨੂੰ ਇਹ 2 ਦਿਨ ਦਾ ਗੈਪ ਵੀ ਪਾ ਕੇ ਕਿਸੇ ਤਰੀਕੇ ਨਾਲ ਬ੍ਰੇਕ ਕੀਤਾ ਜਾਏ, ਕੋਸ਼ਿਸ਼ ਇਹ ਹੈ ਤੇ ਜੇ ਲੋਕ ਇਹਨੂੰ ਸਹੀ ਢੰਗ ਨਾਲ ਸਮਝ ਜਾਣਗੇ ਤਾਂ ਇਸ ਨੂੰ ਇੱਥੋਂ ਹੀ ਮੋੜਾ ਪਾਇਆ ਜਾ ਸਕਦਾ ਹੈ ਕਿ ਜੇ ਸਾਰੀਆਂ ਪ੍ਰੀਕਾਸ਼ਨ ਲਈਆਂ ਜਾਣ ਸਾਰਾ ਕੁਝ ਕੀਤਾ ਜਾਵੇ ਜੋ ਨਜ਼ਰ ਨਹੀਂ ਆ ਰਿਹਾ ਉਹ ਜੇ ਹੋ ਜੇ ਤਾਂ ਫਿਰ ਇੱਥੋਂ ਹੀ ਮੋੜਾ ਪੈ ਸਕਦਾ ਹੈ, ਲੋਕਾਂ ਦੀ ਜ਼ਿੰਦਗੀ ਫਿਰ ਪੱਕੀ ਤੇ ਆ ਸਕਦੀ ਹੈ। ਬਿਲਕੁਲ ਰਾਜੇਸ਼ ਜੀ, ਬਹੁਤ ਬਹੁਤ ਸ਼ੁਕਰੀਆ ਸਾਰੀ ਜਾਣਕਾਰੀ ਸਾਂਝੀ ਕਰਨ ਦੇ ਲਈ ਔਰ ਨਜ਼ਰ ਬਣਾਏ ਰੱਖਣਾ, ਕਿਉਂਕਿ ਹਰ ਦਿਨ ਦੀ ਅਪਡੇਟ ਅਸੀਂ ਤੁਹਾਡੇ ਕੋਲੋਂ ਜਿਹੜੀ ਹੈ ਸਾਰੀ ਲੈਣੀ ਹੈ, ਚਾਹੇ ਉਹ ਕਰੋਨਾ ਦੀ ਸਿਚੁਏਸ਼ਨ ਹੋਵੇ ਜਾਂ ਫਿਰ ਹੋਰ ਕੋਈ ਵੱਡੀ ਅਪਡੇਟ ਹੋਵੇ ਤੇ ਉਹਦੇ ਤੇ ਪੂਰੀ ਨਜ਼ਰ ਜਿਹੜੀ ਬਣਾਈ ਰੱਖਿਓ। ਖਾਸ ਤੌਰ ਤੇ ਅੰਕੜੇ ਜਿਹੜੇ ਨੇ ਉਹਨਾਂ ਨੂੰ ਲੈ ਕੇ ਜਿਹੜਾ ਬਹੁਤ ਰਹਿੰਦਾ ਵੀ ਅੰਕੜੇ ਸਾਨੂੰ ਭਾਰਤ ਦੇ ਵੀ ਪਤਾ ਹੋਣੇ ਚਾਹੀਦੇ ਨੇ ਵੀ ਉਹ ਕਿੰਨੇ ਆ ਰਹੇ, ਪਰ ਉਹਨਾਂ ਦੀ ਜਿਹੜੀ ਸਹੀ ਕਹਿ ਸਕਦੇ ਹਾਂ ਵੀ ਗਿਣਤੀ ਉਹ ਪਤਾ ਨਹੀਂ ਚੱਲ ਪਾਉਂਦੀ। ਸੋ ਤੇ ਨਜ਼ਰ ਬਣਾਈ ਰੱਖਣਾ ਤੇ ਪਲ ਪਲ ਦੀ ਜਾਣਕਾਰੀ ਜਿਹੜੀ ਹੈ ਉਹ ਸਾਂਝੀ ਕਰਦੇ ਰਹਿਣਾ। ਬਹੁਤ ਬਹੁਤ ਧੰਨਵਾਦ ਜੀ। ਸੋ ਰਾਜੇਸ਼ ਗਿੱਲ ਜੀ ਸਾਡੇ ਨਾਲ ਜੁੜੇ ਹੋਏ ਸੀ ਤੇ ਰਾਜੇਸ਼ ਗਿੱਲ ਜੀ ਨੇ ਪ੍ਰੋਪਰ ਜਾਣਕਾਰੀ ਆਪਾਂ ਨੂੰ ਦਿੱਤੀ ਹੈ ਵੀ ਭਾਰਤ ਦੇ ਵਿੱਚ ਜਿਹੜੀ ਸਥਿਤੀ ਹੈ ਉਹ ਇਸ ਵੇਲੇ ਬਣੀ ਗਈ ਹੋਈ ਹੈ। ਜਦੋਂ ਇੰਨੀ ਦੂਰ ਬੈਠ ਕੇ ਖਬਰਾਂ ਸੁਣਦੇ ਹਾਂ ਜਾਂ ਸੋਸ਼ਲ ਮੀਡੀਆ ਦੇ ਜ਼ਰੀਏ ਜਿਹੜੀ ਖਬਰ ਆਉਂਦੀ ਹੈ ਉਹ ਬੜਾ ਕਨਫਿਊਜ਼ ਕਰ ਦਿੰਦੀ ਹੈ ਵੀ ਵਾਕਈ ਇਦਾਂ ਹੈ ਜਾਂ ਨਹੀਂ। ਕਈ ਵਾਰੀ ਤਾਂ ਅਸੀਂ ਉਹਦੇ 'ਤੇ ਹੀ ਮਤਲਬ ਮੋਹਰ ਲਗਾ ਦਿੰਦੇ ਵੀ ਵਾਕਈ ਹੀ ਇਦਾਂ ਹੋ ਰਿਹਾ, ਪਰ ਉਹ ਹੋ ਉਦਾਂ ਨਹੀਂ ਰਿਹਾ ਹੁੰਦਾ। ਕਈ ਵਾਰੀ ਤਾਂ ਉਹ ਕੋਈ ਪੁਰਾਣੀ ਵੀਡੀਓ ਚੱਕੀ ਹੁੰਦੀ ਜਾਂ ਕੋਈ ਐਡੀਟਿਡ ਵੀਡੀਓ ਹੁੰਦੀ ਹੈ। ਬਾਕੀ ਜੋ ਵੀ ਸਿਚੁਏਸ਼ਨ ਉੱਥੇ ਦੀ ਬਣੀ ਰਹੇ ਹੈਗੀ ਹੈ ਉਹਦੇ 'ਤੇ
ਤੇ ਨਜ਼ਰ ਜਿਹੜੀ ਹੈ ਉਹ ਰਾਜੇਸ਼ ਗਿੱਲ ਜੀ ਵੀ ਟਿਕਾਏ ਰੱਖਣਗੇ। ਸੋ ਇਸ ਵੇਲੇ ਇੱਕ ਆਖਰੀ ਕਾਲਰ ਫਿਰ ਮੇਰੇ ਨਾਲ ਜੁੜ ਰਹੇ ਨੇ, ਚਲੋ ਜਾਂਦੇ ਜਾਂਦੇ ਆਪਾਂ ਇੱਕ ਕਾਲ ਇਹਨਾਂ ਦੀ ਪਿੱਕ ਕਰ ਲੈਂਦੇ ਹਾਂ। ਜੀ ਸਰ, ਸਤਿ ਸ਼੍ਰੀ ਅਕਾਲ ਜੀ। ਖੈਰ ਕਾਲਰ ਉਹਨਾਂ ਦੀ ਆਵਾਜ਼ ਨਹੀਂ ਆਈ। ਜਿਹੜੇ ਕਾਲਰ ਪਲੀਜ਼ ਹੁਣ ਕਾਲ ਕਰ ਰਹੇ ਸੀਗੇ, ਮੈਂ ਉਹਨਾਂ ਨੂੰ ਇਹ ਕਹਿਣਾ ਚਾਹਾਂਗੀ ਕਿ ਹੁਣ ਤੁਹਾਡੀ ਕਾਲ ਪਿੱਕ ਨਹੀਂ ਹੋ ਪਾਏਗੀ, ਆਪਾਂ ਸ਼ੋਅ ਵਾਈਂਡ ਅਪ ਕਰਨ ਲੱਗੇ ਹਾਂ, ਪਰ ਕੱਲ੍ਹ ਸੇਮ 9 ਤੋਂ ਲੈ ਕੇ ਆਪਾਂ 10 ਵਜੇ ਦੇ ਵਿੱਚ ਸ਼ੋਅ ਦੇ ਵਿੱਚ ਮਿਲਾਂਗੇ। ਬਹੁਤ ਸਾਰੀਆਂ ਨਵੀਆਂ ਅਪਡੇਟਸ ਦੇ ਨਾਲ ਗੱਲਬਾਤ ਜ਼ਰੂਰ ਕਰਦੇ ਰਹਿਣਾ, ਕਾਲ ਕਰਦੇ ਰਹਿਣਾ, ਨੰਬਰ ਤੁਹਾਡੀ ਟੀ ਵੀ ਸਕਰੀਨ 'ਤੇ ਫਲੈਸ਼ ਹੁੰਦਾ ਰਹਿੰਦਾ ਹੈ। ਇਜਾਜ਼ਤ ਦਿਓ ਜੀ, ਹੁਣ ਤੁਹਾਡਾ ਸਾਰਿਆਂ ਦਾ ਦਿਨ ਸ਼ੁਭ ਰਹੇ, ਔਰ ਪਲੀਜ਼ ਆਪਣੇ ਆਪ ਨੂੰ ਸੇਫ ਰੱਖਣਾ, ਸੁਰੱਖਿਅਤ ਰਹਿਣਾ ਰੱਖਣਾ, ਔਰ ਜਿਹੜੇ ਵੀ ਨਿਯਮ ਹੈ ਉਹਨਾਂ ਨੂੰ ਪਲੀਜ਼ ਉਹਨਾਂ ਨੂੰ ਜਿਹੜਾ ਲਾਗੂ ਕੀਤੇ ਗਏ ਨੇ ਉਹਨਾਂ 'ਤੇ ਇੰਪਲੀਮੈਂਟ ਕਰਦੇ ਰਹਿਣਾ, ਉਹਨਾਂ ਨੂੰ ਪ੍ਰੋਪਰ ਤਰੀਕੇ ਨਾਲ ਜਿਹੜਾ ਸਮਝਦੇ ਜ਼ਰੂਰ ਰਹਿਣਾ, ਤਾਂ ਕਿ ਤੁਸੀਂ ਆਪਣਾ ਖਿਆਲ ਰੱਖ ਸਕੋ ਅਤੇ ਆਪਣੇ ਨਾਲ ਨਾਲ ਦੂਜਿਆਂ ਦਾ ਵੀ ਖਿਆਲ ਰੱਖ ਸਕੋ। ਇਜਾਜ਼ਤ ਦਿਓ, ਸਤਿ ਸ਼੍ਰੀ ਅਕਾਲ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ, ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।